ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਲਾਈ ਮਾਰਨਿੰਗ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਹਾਂ ਸ਼ੁਕਰਗੁਜ਼ਾਰ ਸਿੰਘ ਕਹਿੰਦੇ ਨੇ ਕਿ ਸਮਾਂ ਬੜਾ ਬਲਵਾਨ ਬੇਲੀਓ ਸਮਾਂ ਬੜਾ ਬਲਵਾਨ ਸਮਾਂ ਬੰਦੇ ਨੂੰ ਵਕਤ ਚ ਪਾਵੇ ਸਮਾਂ ਬੰਦੇ ਨੂੰ ਤਖਤ ਬਿਠਾਵੇ ਸਮਾਂ ਬੰਦੇ ਦੀ ਕੱਢ ਲੈਂਦਾ ਜਾਣ ਸਮਾਂ ਬੜਾ ਬਲਵਾਨ ਬੇਲੀਓ ਸਮਾਂ ਬੜਾ ਬਲਵਾਨ ਇਹ ਸਮਾਂ ਹੀ ਹੈ ਜਿੰਨੇ ਸਾ ਦਿੱਡੀ ਜ਼ਿੰਦਗੀ ਨੂੰ ਤੋੜਿਆ ਹੋਇਆ ਹੈ ਅਸੀਂ ਸਮੇਂ ਦੇ ਨਾਲ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਪਤੀਤ ਕਰਨੀ ਹੈ ਸਮੇਂ ਦੇ ਨਾਲ ਕਿਸ ਤਰ੍ਹਾਂ ਰੀਤੀ ਰਿਵਾਜਾਂ ਨੂੰ ਨਿਭਾਉਣਾ ਹੈ ਸਮੇਂ ਦੇ ਨਾਲ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਆਧੁਨਿਕਤਾ ਆਉਂਦੀ ਹੈ ਜਾਂ ਸਮੇਂ ਦੇ ਨਾਲ ਕਿਸ ਤਰ੍ਹਾਂ ਆਪਣਾ ਪਛੋਕੜ ਨੂੰ ਵੀ ਸਾਂਭਣਾ ਹੈ ਵਰਤਮਾਨ ਨੂੰ ਵੀ ਸਾਂਭਣਾ ਹੈ ਤੇ ਭਵਿੱਖ ਨੂੰ ਵੀ ਸਾਂਭਣਾ ਹੈ ਇਹ ਸਾਨੂੰ ਸਮਾਂ ਹੀ ਦੱਸਦਾ ਹੈ ਜਿਸ ਨੇ ਇਹ ਜ਼ਿੰਦਗੀ ਸਾਨੂੰ ਬਖਸ਼ੀ ਹੋਈ ਹੈ ਸਮਾਂ ਕੁਦਰਤ ਪਰਮਾਤਮਾ ਹਰ ਪਲ ਸਾਡੇ ਨਾਲ ਰਹਿੰਦਾ ਹੈ ਸਾਡੇ ਸਵਾਸਾਂ ਦੇ ਨਾਲ ਚੱਲਦਾ ਹੈ ਤੇ ਸਾਨੂੰ ਵੀ ਚਾਹੀਦਾ ਹੈ ਕਿ ਸਮੇਂ ਦੀ ਵੈਲਿਊ ਨੂੰ ਸਮਝੀਏ ਸਮੇ ਦੇ ਦੱਸੇ ਹੋਏ ਰਾਹਾਂ ਤੇ ਚੱਲੀਏ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਸੁਖਾਲੇ ਢੰਗ ਦੇ ਨਾਲ ਜੀ ਸਕੀਏ ਸਮਾਂ ਕਿਸ ਤਰ੍ਹਾਂ ਸਾਂਭਣਾ ਚਾਹੀਦਾ ਹੈ ਸਮੇਂ ਦੀ ਕਿਸ ਤਰ੍ਹਾਂ ਪਹਿਚਾਨ ਕਰਨੀ ਚਾਹੀਦੀ ਹੈ ਸਮੇਂ ਦਾ ਕਿਸ ਤਰ੍ਹਾਂ ਪ੍ਰਯੋਗ ਕਰਨਾ ਚਾਹੀਦਾ ਹੈ ਇਹ ਸਾਰਾ ਕੁਝ ਅੱਜ ਅਸੀਂ ਡਿਸਕਸ ਕਰਨਾ ਹੈ ਵਿਚਾਰ ਚਰਚਾ ਕਰਨੀ ਹੈ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਨੇ ਪੰਜਾਬੀ ਪਾਸ਼ਾ ਦੇ ਉੱਗੇ ਸਾਹਿਤਕਾਰ ਓਮ ਪ੍ਰਕਾਸ਼ ਘਾਸੋ ਜੀ ਜਿਨ੍ਹਾਂ ਨੇ ਤਕਰੀਬਨ 75 ਕਿਤਾਬਾਂ ਪੰਜਾਬੀ ਮਾਂ ਬੋਲੀ ਨੂੰ ਦਿੱਤੀਆਂ ਨੇ ਉgge ਸਾਹਿਤਕਾਰ ਨੇ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪੰਜਾਬ ਪੰਜਾਬੀਅਤ ਲਈ ਕੰਮ ਕੀਤਾ ਅਤੇ ਜਿਨ੍ਹਾਂ ਨੂੰ ਪੰਜਾਬੀਅਤ ਨੇ ਸਾਹਿਤ ਰਤਨ ਦਾ ਅਵਾਰਡ ਪ੍ਰਦਾਨ ਕੀਤਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਸਮੇਂ ਦੀ ਪਹਿਚਾਨ ਤੇ ਸਮੇਂ ਦਾ ਪਰਜੋ ਤੁਸੀਂ ਆਪਣੀ ਜ਼ਿੰਦਗੀ ਸਾਹਿਤ ਦੇ ਲੇਖੇ ਲਗਾ ਦਿੱਤੀ ਇੱਕ 90 ਸਾਲ ਦਾ ਜਵਾਨ ਸਾਹਿਤਕਾਰ ਮੇਰੇ ਸਾਹਮਣੇ ਬੈਠਾ ਹੈ ਤੇ ਮੈਂ ਸੋਚਦਾ ਹਾਂ ਕਿ ਕਈ ਲੋਕ ਸਮੇਂ ਨੂੰ ਕਲਪਨਾ ਕਹਿੰਦੇ ਨੇ ਕਈ ਲੋਕ ਸਮੇਂ ਨੂੰ ਸਮਾਂ ਹੀ ਕਹੀ ਜਾਂਦੇ ਨੇ ਤੇ ਕਈ ਲੋਕ ਸਮੇਂ ਨੂੰ ਕੁਦਰਤ ਕਹਿੰਦੇ ਨੇ ਤੇ ਜੇ ਮੈਂ ਇਸ 90 ਸਾਲ ਦੇ ਜਵਾਨ ਨੂੰ 90 ਸਾਲ ਦੇ ਸਾਹਿਤਕਾਰ ਸ਼੍ਰੀ ਓਮ ਪ੍ਰਕਾਸ਼ ਗਾਸੋ ਜੀ ਨੂੰ ਪੁੱਛਣਾ ਚਾਹਾਂ ਕਿ ਤੁਸੀਂ ਸਮੇਂ ਨੂੰ ਕੀ ਕਹਿੰਦੇ ਹੋ ਤਾਂ ਜ਼ਰੂਰ ਦੱਸੋ ਸਭ ਤੋਂ ਪਹਿਲਾਂ ਤਾਂ ਮੈਨੂੰ ਤੁਹਾਡਾ ਨਾਂ ਸ਼ੁਕਰ ਬਜ਼ਾਰ ਸਿੰਘ ਇੰਜ ਲੱਗਿਆ ਜਿਵੇਂ ਇੱਕ ਸੰਸਕ੍ਰਿਤੀ ਹੁੰਦੀ ਹੈ ਮਿਹਰਬਾਨ ਔਰ ਇਸ ਨਾਮ ਨੂੰ ਲੈ ਕੇ ਮੈਂ ਜਿਉਂ-ਜਿਉਂ ਆਪਣੇ ਮਨ ਵਿੱਚ ਭਾਵਨਾਤਮਿਕ ਤੌਰ ਤੇ ਇਸ ਨਾਮ ਨਾਲ ਜੁੜਦਾ ਵਿਅਕਤੀ ਦੀ ਗੱਲ ਨਹੀਂ ਹੈ ਸ਼ਬਦ ਦੇ ਅਰਥਾਂ ਦੀ ਗੱਲ ਹੈ ਸ਼ੁਕਰਗੁਜ਼ਾਰ ਹੋਣਾ ਜ਼ਿੰਦਗੀ ਦੇ ਪ੍ਰਤੀ ਆਪਣੇ ਆਪ ਨੂੰ ਸਿਰਨਮਾ ਕੇ ਜ਼ਿੰਦਗੀ ਨੂੰ ਸਵੀਕਾਰ ਕਰਨਾ ਹੈ ਵਿਅਕਤੀ ਤਾਂ ਹੋ ਸਕਦਾ ਹੈ ਸ਼ੁਕਰਗੁਜ਼ਾਰ ਸਿੰਘ ਪਰ ਸ਼ੁਕਰਗੁਜ਼ਾਰ ਇੱਕ ਜਜ਼ਬਾ ਵੀ ਹੈ ਇੱਕ ਭਾਵਨਾ ਵੀ ਹੈ ਇੱਕ ਸੱਦਰ ਵੀ ਹੈ ਇੱਕ ਇੱਛਾ ਵੀ ਹੈ ਸਮੇਂ ਦੀ ਵਿਆਖਿਆ ਕਰਨ ਲਈ ਜਦੋਂ ਮੈਨੂੰ ਹੁਕਮ ਹੋਇਆ ਤਾਂ ਮੈਂ ਸਮਝਦਾ ਮੈਂ ਆਪਾਂ ਆਪਣੀ ਗੱਲ ਸੂਰਜ ਤੋਂ ਸ਼ੁਰੂ ਕਰਦੇ ਆ ਜਿਹੜਾ ਸੂਰਜ ਹੁੰਦਾ ਉਹ ਅਖੰਡ ਹੁੰਦਾ ਉਹ ਅਸੀਮ ਹੁੰਦਾ ਉਹ ਅਮਰ ਹੁੰਦਾ ਉਹ ਉਹ ਸੂਰਜ ਦੀ ਤਾਂ ਉਮਰੀ ਕੋਈ ਨਹੀਂ ਹੁੰਦੀ ਸੋ ਇਸ ਤਰ੍ਹਾਂ ਹੀ ਸੂਰਜ ਜਿਹੜਾ ਹੈ ਉਹ ਸਦੀਆਂ ਕੀ ਯੁਗਾਂ ਤੋਂ ਤੁਰਦਾ ਆ ਰਿਹਾ ਤੇ ਦੁਨੀਆਂ ਨੂੰ ਧਰਤੀ ਨੂੰ ਪ੍ਰਕਾਸ਼ ਦੇ ਰਿਹਾ ਏਵੇਂ ਜਿckਰੀ ਸਮਾ ਜਿਹੜਾ ਹੈ ਉਹ ਸੂਰਜ ਵਾਂਗ ਹੀ ਹੁੰਦਾ ਹੈ ਸੂਰਜ ਵਾਂਗ ਸਮਾ ਅਖੰਡ ਹੁੰਦਾ ਹੈ ਅਮਰ ਹੁੰਦਾ ਹੈ ਅਸੀਮ ਹੁੰਦਾ ਹੈ ਉਹਦੀ ਕੋਈ ਸੀਮਾ ਨਹੀਂ ਹੁੰਦੀ ਸਮੇਂ ਦੀ ਸੀਮਾ ਤਾਂ ਮਨੁੱਖ ਨਿਯਤ ਕਰਦਾ ਹੈ ਮਨੁੱਖ ਬਣਾਉਂਦਾ ਹੈ ਮਨੁੱਖ ਬੰਦੀ ਦੇ ਬਣਾਉਂਦਾ ਹੈ ਲੇਕਿਨ ਸਮਾਂ ਤਾਂ ਬਹੁਤ ਸਾਗਰ ਵਾਂਗ ਸ਼ਾਂਤ ਹੁੰਦਾ ਹੈ ਔਰ ਉਹ ਸ਼ਾਂਤ ਸਮੇਂ ਨੂੰ ਮਨੁੱਖ ਜਿਹੜਾ ਹੈ ਉਹ ਇੱਕ ਸ਼ਬਦ ਹੈ ਮੌਨ ਮੌਨ ਸ਼ਬਦ ਮੂਨੀ ਤੋਂ ਬਣਿਆ ਹੈ ਮੌਨ ਹੁੰਦਾ ਚੁੱਪ ਤੇ ਸਮਾਂ ਤਾਂ ਚੁੱਪ ਰਹਿੰਦਾ ਹੈ ਉਹਨੂੰ ਗੱਲ ਕੱਠ ਲਾਉਂਦਾ ਹੈ ਉਹਨੂੰ ਕਿਰਿਆਤਮਕ ਬਣਾਉਂਦਾ ਹੈ ਉਹਨੂੰ ਸਿਰਜਣਾਤਮਕ ਬਣਾਉਂਦਾ ਹੈ ਉਹਨੂੰ ਰਤਨਾਤਮਕ ਬਣਾਉਂਦਾ ਹੈ ਉਹ ਤਾਂ ਮਨੁੱਖ ਬਣਾਉਂਦਾ ਹੈ ਸ਼ੁਕਰਗੁਜ਼ਾਰ ਸਿਆਂ ਭਾਈ ਮੈਂ ਤੇਰਾ ਨਾਂ ਲੈਣਾ ਪਰ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਹੀ ਸੰਬੋਧਨ ਕਰਦਾ ਵੀ ਸਮਾਂ ਤਾਂ ਇੱਕ ਅਜਿਹੀ ਵਸਤੂ ਹੈ ਜੀ ਅਮੁੱਲ ਹੈ ਔਰ ਇਹ ਹੋਰ ਸੈਂਕੜੇ ਚੀਜ਼ਾਂ ਹਜ਼ਾਰਾਂ ਚੀਜ਼ਾਂ ਮਾਇਆ ਤੇ ਕਾਇਦੀਆਂ ਚੀਜ਼ਾਂ ਸੰਸਾਰ ਤੋਂ ਧਰਤੀ ਤੋਂ ਮਿਲ ਸਕਦੀਆਂ ਨੇ ਜਦੋਂ ਕਿ ਹੈ 90 ਸਾਲ ਦਾ ਮੈਂ ਕਹਣਾ ਅਨੁਭਵ ਦੀ ਕੋਈ ਉਮਰ ਨਹੀਂ ਹੁੰਦੀ ਇੱਕ ਘਭਰੂ ਵੀ ਤਾਂ ਅਨੁਭਵਸ਼ੀਲ ਹੋ ਸਕਦਾ ਹੈ ਬਹੁਤ ਵਿਦਵਾਨ ਹੋ ਸਕਦਾ ਹੈ ਬਹੁਤ ਵਿਵੇਕਸ਼ੀਲ ਹੋ ਸਕਦਾ ਹੈ ਸੋ ਆ ਥਾ ਜਿੱਥੋਂ ਅਸੀਂ ਗੱਲ ਕਰਤਾ ਆਪਣੇ ਪੰਜਾਬ ਦੀ ਧਰਤੀ ਦੇ ਲੋਕਾਂ ਨਾਲ ਸਾਂਝੀ ਕਰ ਰਹੇ ਹਾਂ ਇਹ ਥਾਂ ਤਾਂ ਬਿਕਰਮਾ ਦਿੱਤ ਦਾ ਆਸਣ ਹੈ ਜਿੱਥੇ ਇਹ ਸਿਆਣੀਆਂ ਗੱਲਾਂ ਉੱਥੇ ਜੀ ਇਹ ਸਮਾਜ ਹੈ ਤ ਸਮਾਜ ਹੀ ਸਮੇਂ ਦੇ ਨਾਲ ਚੱਲਦਾ ਹੈ ਸਮਾਂ ਹੀ ਸਮਾਜ ਨੂੰ ਦੱਸਦਾ ਹੈ ਕਿ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਪਰਵਰਤਨ ਆਉਂਦਾ ਹੈ ਸਮਾਂ ਹੀ ਸਮਾਜ ਨੂੰ ਦੱਸਦਾ ਹੈ ਕਿ ਅਸੀਂ ਕਿਵੇਂ ਇੱਕ ਜੁਟਤਾ ਦੇ ਨਾਲ ਰਹਿਣਾ ਹੈ ਸਮਾਂ ਹੀ ਸਮਾਜ ਨੂੰ ਦੱਸਦਾ ਹੈ ਕਿ ਹੁਣ ਵਾਲੀ ਪੀੜ੍ਹੀ ਦੇ ਨਾਲ ਨਾਲ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕਿੱਦਾਂ ਸਾਹਮਣਾ ਹੈ ਤੇ ਸਮੇਂ ਨੂੰ ਸਮਾਜਿਕ ਸਰਵਕਾਰਾਂ ਵੱਜੋਂ ਅਸੀਂ ਕਿਵੇਂ ਜਾਣ ਸਕਦੇ ਦੇਖੋ ਗੱਲ ਇਹ ਹੈ ਵੀ ਇਹ ਤੁਹਾਡੇ ਪ੍ਰਸ਼ਨ ਦੀ ਜਿਹੜੀ ਸਮੁੱਚੀ ਜਗ੍ਹਾਸ ਹੈ ਨਾ ਸਮਾ ਸਮਾਂ ਤੇ ਜ਼ਿੰਦਗੀ ਸਮਾਨਾਂਤਰ ਤੋਂ ਦੇ ਨੇ ਸਮਾਂ ਤੇ ਜ਼ਿੰਦਗੀ ਦੀ ਸਾਹ ਜਿਹੜੀ ਹੈ ਉਹ ਅਨਿਖੜ ਹੁੰਦੀ ਹੈ ਤੁਸੀਂ ਗੱਲ ਹੁਣ ਆਧੁਨਿਕਤਾ ਦੀ ਕੀਤੀ ਹੈ ਤਬਦੀਲੀ ਦੀ ਕੀਤੀ ਹੈ ਤੇ ਆਧੁਨਿਕਤਾ ਨੂੰ ਜਿਹੜਾ ਹੈ ਨਾ ਜਦੋਂ ਮਨੁੱਖ ਆਧੁਨਿਕ ਬੋਧ ਤੋਂ ਬਿਨਾ ਆਣੋਂਦਾ ਫਿਰ ਖੱਜਲ ਖਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਓਖੜ ਜਾਂਦਾ ਹੈ ਗਵਾਥ ਜਾਂਦਾ ਮੈਂ ਜਾਣਦਾ ਭਲੀ ਪ੍ਰਕਾਰ ਮੈਂ ਨਹੀਂ ਜਾਣਦਾ ਇਹ ਵਿਦਵਾਨਾਂ ਦੀਆਂ ਗੱਲਾਂ ਜਿਹੜੀਆਂ ਨੇ ਮੈਂ ਆਪਣੀ ਝੋਲੀ 'ਚ ਲੈ ਕੇ ਉਹਨਾਂ ਨੂੰ ਪੇਟ ਕਰਦਾ ਜਿਹੜਾ ਸਮਾਂ ਹੁੰਦਾ ਔਰ ਉਸ ਦਾ ਪ੍ਰਯੋਗ ਜਿਹੜਾ ਹੈ ਜਦੋਂ ਅਸੀਂ ਭੌਤਿਕ ਤੌਰ ਤੇ ਕਰਦੇ ਆ ਤਾਂ ਫਿਰ ਇੰਝ ਸਮਝੋ ਵੀ ਜ਼ਿੰਦਗੀ ਕੁਰਾਹੇਤ ਰਹਿੰਦੀ ਹੈ ਹਮ ਬਿਲਕੁਲ ਸਮਾਂ ਜਿਹੜਾ ਹੈ ਉਹ ਤਾਂ ਐਡੀ ਵਸਤੂ ਹੈ ਜਦੋਂ ਤੱਕ ਸਮੇਂ ਨਾਲ ਤੁਸੀਂ ਭਾਵਨਾਤਮਕ ਤੌਰ ਤੇ ਨਹੀਂ ਜੁੜਦੇ ਤਦ ਤੱਕ ਜ਼ਿੰਦਗੀ ਜਿਹੜੀ ਹੈ ਸਮਾਜ ਜਿਹੜਾ ਹੈ ਉਹ ਕਲਾਤਮਕ ਨਹੀਂ ਬਣ ਸਕਦਾ ਉਹ ਕਲਾਹੀਨ ਹੋ ਜਾਂਦਾ ਹੈ ਇੰਝ ਸਮਝੋ ਵੀ ਉਹ ਤਾਂ ਫਿਰ ਇਕ ਉਦਾਸੀ ਤੇ ਮੰਨਫੀ ਜ਼ਿੰਦਗੀ ਬਣ ਜਾਂਦੀ ਹੈ ਸਮੇਂ ਦੀਆਂ ਜਿਹੜੀਆਂ ਸਮੂਚੀਆਂ ਧਾਰਨਾਵਾਂ ਹੈ ਸਮਾਂ ਕੀ ਹੁੰਦਾ ਹੈ ਸ਼ੁਕਰਗੁਜ਼ਾਰ ਸਿਆ ਸਮਾਂ ਤਾਂ ਸਮਰੱਥਾ ਹੁੰਦਾ ਹੈ ਸਮਾਂ ਤਾਂ ਸੰਦੇਸ਼ ਹੁੰਦਾ ਹੈ ਸਮਾਂ ਤੋਂ ਉਪਦੇਸ਼ ਹੁੰਦਾ ਹੈ ਸਮਾਂ ਤਾਂ ਸੰਘਰਸ਼ ਹੁੰਦਾ ਹੈ ਸਮੇਂ ਦੀ ਕਿੰਨੀ ਇੱਕ ਗੱਲਾਂ ਦੱਸਾਂ ਸਮਾਂ ਤਾਂ ਇੱਕ ਬਹੁਤ ਵੱਡਾ ਵਰਦਾਨ ਹੁੰਦਾ ਹੈ। ਕੀ ਬਾਤ ਹੈ। ਔਰ ਤੁਸੀਂ ਅਨ ਰਾਤੇ ਚੱਲ ਰਹੇ ਨੇ ਮੈਂ ਤਾਂ ਸਮਝਾਂ ਸਮਾਂ ਤਾਂ ਇੱਕ ਬਹੁਤ ਵੱਡੀ ਸੰਸਕ੍ਰਿਤੀ ਹੁੰਦਾ ਹੈ। ਸਮਾਂ ਤਾਂ ਬਹੁਤ ਵੱਡੀ ਉਪਨਿਸ਼ਦ ਹੁੰਦਾ ਹੈ। ਸਮਾਂ ਤਾਂ ਬਹੁਤ ਵੱਡਾ ਪਾਠ ਹੁੰਦਾ ਹੈ। ਸਮਾਂ ਤਾਂ ਬਹੁਤ ਵੱਡਾ ਪ੍ਰਕਰਨ ਹੁੰਦਾ ਹੈ। ਸਮਾਂ ਤਾਂ ਜ਼ਿੰਦਗੀ ਲਈ ਇੱਕ ਬਹੁਤ ਵੱਟੀ ਇੱਕ ਅਜਹੀ ਵਸਤੂ ਹੁੰਦਾ ਹੈ ਜਿਹਦੇ ਸਾਹਮਣੇ ਸਿਰ ਝੁਕਾਉਣਾ ਹੈ। ਸੂਰਜ ਚੜ੍ਹਦਾ ਨਹੀਂ ਸੂਰਜ ਛੁਪਦਾ ਨਹੀਂ। ਇਹ ਤਾਂ ਜ਼ਿੰਦਗੀ ਹੈ ਜਿਹੜੀ ਜ਼ਿੰਦਗੀ ਨੂੰ ਗਿਣਤੀ ਕਦੇ ਸਮੇਂ ਨੂੰ ਅਸੀਂ ਕਹਿੰਦੇ ਸੀ ਭੂਤ ਵਰਤਮਾਨ ਵਾਪਰ ਤ੍ਰੇਤਾ ਸਤਜੁਗ ਕਾਲਜੁਗ ਇਹ ਸਮੇਂ ਦੇ ਨਾਂ ਦਾ ਮਨੁੱਖ ਨੇ ਰੱਖੇ ਨੇ ਸਮਾਂ ਤਾਂ ਬੇਨਾਮ ਹੁੰਦਾ ਹੈ ਸਮਾਂ ਤਾਂ ਸ਼ੁਕਰਗੁਜ਼ਾਰ ਸਿਆ ਹਰ ਸਮੇਂ ਹਾਜ਼ਰ ਰਹਿੰਦਾ ਹੈ ਸਮਾਂ ਤਾਂ ਕਦੇ ਗੈਰ ਹਾਜ਼ਰ ਹੁੰਦਾ ਹੀ ਨਹੀਂ ਜੀ 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 ਇਹ ਤਾਂ ਗੱਲ ਠੀਕ ਹੈ ਪਰ ਫਿਰ ਵੀ ਕੀ ਹੁੰਦਾ ਹੈ ਕਿ ਜਿਉਂ-ਜਿਉਂ ਅਸੀਂ ਅੱਗੇ ਵਧਦੇ ਹਾਂ ਹਰ ਚੀਜ਼ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਜਿਸ ਚੀਜ਼ ਦੀ ਪਹਿਚਾਨ ਅਸੀਂ ਨਹੀਂ ਕਰ ਪਾਉਨੇ ਸ਼ਾਇਦ ਅਸੀਂ ਆਪਣੇ ਜ਼ਿੰਦਗੀ ਦੇ ਰਾਹਾਂ ਤੋਂ ਭਟਕ ਵੀ ਸਕਦੇ ਹਾਂ ਸ਼ਾਇਦ ਜੋ ਸਾਡੇ ਪਿੱਛੇ ਲੱਗਣਾ ਚਾਹੁੰਦੇ ਨੇ ਸ਼ਾਇਦ ਉਹਨਾਂ ਨੂੰ ਵੀ ਅਸੀਂ ਗਲਤ ਰਾਹੇ ਤੋਰ ਦਿੰਨੇ ਹਾਂ ਸਮੇ ਦੀ ਪਹਿਚਾਨ ਕਿੰਨੀ ਕੁ ਜ਼ਰੂਰੀ ਹੈ ਦੇਖੋ ਜਿੱਥੋਂ ਮੈਂ ਗੱਲ ਆਰੰਭ ਕੀਤੀ ਸੀ ਮੈਂ ਨਹੀਂ ਕੀਤੀ ਸੀ ਇੱਕ ਵਿਸ਼ੇਸ਼ ਕਿਸਮ ਦੀ ਬਹੁਤ ਵੱਡੀ ਵਿਦਿਆ ਹੈ ਸਮਾ ਤਾਂ ਵੇਦ ਹੁੰਦਾ ਹੁਣ ਤੁਸੀਂ ਕਹੋਗੇ ਸਮਾ ਵੇਦ ਕੀ ਹੁੰਦਾ ਵੇਦ ਸ਼ਬਦ ਵਿਦ ਧਾਤੂ ਤੋਂ ਬਣਿਆ ਔਰ ਸਮਾਤਾ ਗਿਆਨ ਹੁੰਦਾ ਔਰ 베ਦ ਵਿਦਿਆਲਿਆ ਇਹ ਬਹੁਤ سارے ਸ਼ਬਦ ਨੇ ਵੇਦ ਮੈਨੇ ਬਹੁਤ ਗਿਆਨ ਹੁੰਦਾ ਹੈ ਸਮਾਤਾ ਵੇਦ ਹੁੰਦਾ ਹੁਣ ਤਾਂ ਇਹ ਤਾਂ ਮਨੁੱਖ ਦੀ ਅਣਗਹਿਲੀ ਹੈ ਜਿਹੜਾ ਮਨੁੱਖ ਅਨਡਿਟ ਕਰਦਾ ਸਮੇਂ ਨੂੰ ਸਮੇਂ ਦੀ ਜਿਹੜੀ ਪਹਿਚਾਨ ਹੈ ਨਾ ਉਹ ਕਿਵੇਂ ਹੁੰਦੀ ਹੈ ਉਹ ਸਮੇਂ ਦੀ ਪਹਿਚਾਨ ਲਈ ਜ਼ਿੰਦਗੀ ਦੀਆਂ ਉਹ ਮੂਲ ਤੱਤਾਂ ਨੂੰ ਅਨਡਿਟ ਨਹੀਂ ਕੀਤਾ ਜਾਣਾ ਚਾਏ ਜਦੋਂ ਅਸੀਂ ਗੈਰ ਕੁਦਰਤੀ ਬਣਦੇ ਹਾਂ ਤਾਂ ਫੇਰ ਫੇਰ ਸਮਾ ਜਿਹੜਾ ਹੈ ਉਹ ਅਲਾਮਾ ਬਣ ਜਾਂਦਾ ਹੈ ਸਮਾ ਤਾਂ ਇੱਕ ਸਿਫਤ ਹੁੰਦਾ ਹੈ ਸਮਾ ਤਾਂ ਇੱਕ ਸੰਗੀਤ ਹੁੰਦਾ ਹੈ ਸਮਾ ਤਾਂ ਇੱਕ ਰਾਗ ਹੁੰਦਾ ਹੈ ਸਮਾ ਤਾਂ ਇੱਕ ਬਹੁਤ ਵੱਡਾ ਮਲਹਾਰ ਗੀਤ ਹੁੰਦਾ ਹੈ ਸਮਾ ਤਾਂ ਇੱਕ ਗ੍ਰੰਥ ਹੁੰਦਾ ਹੈ ਬਿਲਕੁਲ ਹੁੰਦਾ ਕੀ ਹੈ ਜਦੋਂ ਅਸੀਂ ਸਮੇ ਦੇ ਪ੍ਰਤੀ ਸਮੇ ਬਲ ਪਿੱਠ ਕਰ ਲੈਨੇ ਆ ਸਮੇ ਨੂੰ ਸਵੀਕਾਰ ਹੀ ਨਹੀਂ ਕਰਦੇ ਝੋਲੀ ਚ ਨਹੀਂ ਪਾਉਂਦੇ ਸੂਰਜ ਦੀਆਂ ਕਿਰਨਾਂ ਚੰਦਨੀਆਂ ਰਿਸ਼ਮਾਂ ਦੇ ਰਾਤ ਦੀਆਂ ਰੁੱਤਾਂ ਗਰਮੀ ਸਰਦੀ ਸਮੇਂ ਦੀ ਪਰਿਵਰਤਨ ਵਰਖਾ ਰੁੱਤ ਦੀ ਰਿੰਤਮ ਵਰਖਾ ਦੀਆਂ ਕਣੀਆਂ ਉਹ ਸਮੇਂ ਤੋਂ ਪੈਦਾ ਹੁੰਦੀਆਂ ਸਮੇ ਨੂੰ ਮੌਕਾ ਵੀ ਕਿਹਾ ਜਾਂਦਾ ਹੈ ਸ਼ੁਕਰਗੁਜ਼ਾਰ ਜੀ ਬਿਲਕੁਲ ਔਰ ਜਦੋਂ ਅਸੀਂ ਕਹਿੰਦੇ ਆ ਸਮਾਂ ਮੌਕਾ ਮਿਲਦਾ ਹੈ ਅੰਗਰੇਜ਼ੀ ਦਾ ਇੱਕ ਸ਼ਬਦ ਹੈ ਮੈਂ ਪੰਜਾਬੀ ਅਨੁਵਾਦ ਕਰ ਦਿੰਦਾ ਵੈਨ ਇਨ ਅ ਪਰਸੈਂਟੀ ਨੋਕ ਯੂ ਆ ਡੋ ਡੌਂਟ ਡਿਲੇ ਟੂ ਓਪਨ ਇਟ ਜਦੋਂ ਸਮਾਂ ਤੁਹਾਡੇ ਦਰਵਾਜ਼ੇ ਨੂੰ ਖੜਕਾਉਂਦਾ ਹੈ ਨਾ ਉਹਨੂੰ ਦਰਵਾਜ਼ਾ ਖੋਲਣੀ ਤੇ ਨਾ ਕਰੋ ਆ ਸਮਾਂ ਮੈਨੂੰ ਮਿਲਿਆ ਕਿ ਮੈਂ ਆਪਦੇ ਪੰਜਾਬ ਨਾਲ ਗੱਲਾਂ ਕਰਦਾ ਔਰ ਸ਼ੁਕਰਗੁਜ਼ਾਰ ਮੇਤੋ ਪੁੱਛ ਰਹੇ ਹੈ ਇਹਦਾ ਮਤਲਬ ਇੱਕ ਸਮਾਂ ਇੱਕ ਮੌਕਾ ਹੈ ਇੱਕ ਅਪਸਰ ਹੈ ਇੱਕ ਸਬਬ ਹੈ ਤੇ ਉਸ ਨੂੰ ਮੈਂ ਸਵੀਕਾਰ ਹੀ ਨਾ ਕਰਾਂ ਇਹ ਸਾਰੀਆਂ ਗੱਲਾਂ ਜ਼ਿੰਦਗੀ ਨਾਲ ਜੁੜੀਆਂ ਨੇ ਬਿਲਕੁਲ ਔਰ ਜ਼ਿੰਦਗੀ ਜਿਹੜੀ ਹੈ ਉਹ ਕੀ ਹੈ ਹਮ ਜਦੋਂ ਜ਼ਿੰਦਗੀ ਨੂੰ ਗਤੀਸ਼ੀਲ ਹੋਣ ਉਹ ਸਮਾ ਜਿਹੜਾ ਉਹ 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 ਤਾਂ ਮਨੁੱਖ ਨੂੰ ਉਹ ਵਕਸ਼ਸ਼ ਵਕਤਦਾ ਹੈ ਕਿ ਤੂੰ ਗਤੀਸ਼ੀਲ ਰਹਿ ਤੂੰ ਅੱਗੇ ਚੱਲিয়ে ਉਹ ਤਾਂ ਸਮਾ ਤਾਂ ਇੱਕ ਆੜੀ ਹੁੰਦਾ ਹੈ ਸਮਾ ਤਾਂ ਇੱਕ ਦੋਸਤ ਹੁੰਦਾ ਹੈ ਸਮਾ ਤਾਂ ਇੱਕ ਮਿੱਤਰ ਹੁੰਦਾ ਹੈ ਸਮਾ ਤਾਂ ਨਾ ਐ ਸਮਝੋ ਬਹੁਤ ਵੱਡਾ ਸਰਮਾਇਆ ਹੁੰਦਾ ਹੁਣ ਸਮੇ ਨੂੰ ਸਰਮਾਇਆ ਕਹਿ ਦੇਣਾ ਰੁਪਏ ਪੈਸੇ 10 ਪੈਸੇ ਇਹਨਾਂ ਨਾਲ ਨਹੀਂ ਜੁੜਦਾ ਸੁਖੁਮਨੀ ਜੀ ਬਿਲਕੁਲ ਜੀ ਦੇਖੋ ਜੀ ਸਮਾਂ ਅੱਗੇ ਵਧਦਾ ਰਹਿੰਦਾ ਹੈ ਸਮੇ ਦੇ ਨਾਲ ਚੱਲਣਾ ਵੀ ਚਾਹੀਦਾ ਹੈ ਗੁਰਬਾਣੀ ਕਹਿੰਦੀ ਹੈ ਕਿ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਸਾਰਾ ਜੋ ਬ੍ਰਹਿਮੰਡ ਦਾ ਪਸਾਰਾ ਹੈ ਉਹ ਸਮੇ ਦੇ ਨਾਲ ਹੈ ਸਮੇ ਦੇ ਉੱਤੇ ਉਸ ਪਰਮਾਤਮਾ ਦਾ ਪਸਾਰਾ ਹੈ ਮਨ ਲਓ ਯਾਦ ਹੈ ਜਦੋਂ ਅਸੀਂ ਪੜਦੇ ਹੁੰਨੇ ਸੀ ਤੇ ਸਾਡੇ ਮਾਪਿਆਂ ਨੇ ਸਵੇਰੇ ਉਠਾ ਕੇ ਇਹ ਅੰਮ੍ਰਿਤ ਵੇਲੇ ਜਗਾਉਣਾ ਅਸੀਂ ਨਿਤਨੇਮ ਕਰਨਾ ਫਿਰ ਸਕੂਲ ਲਈ ਜਾਣਾ ਨਹਾ ਧੋ ਕੇ ਫਿਰ ਦੁਪਹਿਰ ਦਾ ਸਮਾਂ ਹੁੰਦਾ ਸੀ ਸ਼ਾਮ ਦਾ ਸਮਾਂ ਰਾਤ ਦਾ ਸਮਾਂ ਇੱਕ ਨਾ ਸਮਾਂ ਸਾਰਨੀ ਹੁੰਦੀ ਸੀ ਸਾਰੇ ਦਿਨ ਵਿੱਚ ਵੀ ਇਸ ਤਰ੍ਹਾਂ ਇੰਨੇ ਵਜੇ ਮੈਂ ਪੜ੍ਹਨਾ ਹੈ ਇੰਨੇ ਵਜੇ ਖੇਡਣਾ ਹੈ ਸ਼ਾਇਦ ਅੱਜ ਦੇ ਬੱਚੇ ਉਹ ਸਮੇਂ ਸਾਰਨੀ ਤੋਂ ਬਾਹਰ ਹੁੰਦੇ ਜਾ ਰਹੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਸਮਾਂ ਸਾਰਨੀ ਇੱਕ ਡਿਸਪਲਿਨ ਟਾਈਮ ਟੇਬਲ ਕਿੰਨਾ ਜ਼ਰੂਰੀ ਹੈ ਬਹੁਤ ਪਿਆਰਾ ਪ੍ਰਸ਼ਨ ਹੈ ਮੈਂ ਇਸ ਬਾਰੇ ਆਖਾਂਗਾ ਕਿ ਪ੍ਰਕਿਰਤੀ ਤੇ ਪਰਵਿਰਤੀ ਜਿਹੜੀ ਹੈ ਨਾ ਉਹ ਪ੍ਰਕਿਰਤੀ ਤੇ ਪਰਵਿਰਤੀ ਤੇ ਕੌਣ ਹਾਵੀ ਹੈ ਉਹਨੂੰ ਕੁਰਾਹੇ ਕੌਣ ਪਾਰੇ ਹੈ ਉਹਦਾ ਪਥ ਪ੍ਰਦਰਸ਼ਨ ਕਿਉਂ ਨਹੀਂ ਹੋ ਰਿਹਾ ਜ਼ਿੰਦਗੀ ਜਿਹੜੀ ਹੈ ਨਾ ਉਹ ਸਮੇ ਲਈ ਇੱਕ ਹੰਗਾਰਾ ਹੁੰਦੀ ਹੈ ਹੁਨਰ ਤੇ ਹਕੀਕਤ ਤੇ ਹਕਮਤ ਤਿੰਨ ਸ਼ਬਦ ਔਖੇ ਨੇ ਪਰ ਮੈਂ ਇਹਨਾਂ ਦਾ ਵਿਆਖਿਆ ਕਰ ਦਿੰਨਾ ਹੁਨਰ ਜਿਹੜਾ ਹੈ ਹੋਂਦ ਜਿਹੜੀ ਹੈ ਸਮਾਂ ਇੱਕ ਹੋਂਦ ਹੈ ਜੀ ਇੱਕ ਮੈਂ ਅੰਗਰੇਜ਼ੀ ਸ਼ਬਦ ਨਹੀਂ ਕਹਿਣਾ ਚਾਹੁੰਦਾ ਸਮਾਤਾ ਇੱਕ ਐਗਜ਼ਿਸਟੈਂਸ ਹੈ ਸਮਾਤ ਇੱਕ ਹੋਂਦ ਹੈ ਹੁਣ ਹੋਂਦ ਨੂੰ ਹੋਂਦ ਨੂੰ ਹੁਨਰ ਬਣਾਉਣਾ ਇਹ ਹਕਮਤ ਹੈ ਹਕਮਤ ਹੁੰਦਾ ਦਵਾਈ ਔਸ਼ਧੀ ਜਿਹਨੂੰ ਤੁਸੀਂ ਅੰਗਰੇਜ਼ੀ 'ਚ ਮੈਡੀਟੇਸ਼ਨ ਕਹਿੰਦੇ ਹੋ ਕਹਿਣ ਦਾ ਅਰਥ ਹੈ ਮੇਰੀ ਆਪਣੀ ਮਾਤ ਭਾਸ਼ਾ ਪੰਜਾਬੀ 'ਚ ਹਜ਼ਾਰਾਂ ਨਵੇਕਲੇ ਸ਼ਬਦ ਨੇ ਤੁਸੀਂ ਸਮੇਂ ਦੀ ਗੱਲ ਕੀਤੀ ਅੰਮ੍ਰਿਤ ਵੇਲਾ ਸੱਚ ਨੋਂ ਵੜਿਆਈ ਅੰਮ੍ਰਿਤ ਵੇਲਾ ਨਹੀਂ ਹੈ ਇਹ ਕੋ ਸਤਗੁਣਾ ਸਮਾਤਾ ਸਤਗੁਣ ਬਗਾਉ ਸਿਫਤ ਬਜਉ ਤੁਹਾਡੇ ਪੱਲੇ ਆਉਂਦਾ ਕੁਦਰਤ ਨੇ ਸਾਨੂੰ ਦਿੱਤਾ ਇਹਨੂੰ ਗੈਰ ਕੁਦਰਤੀ ਕੌਣ ਬਣਾਉਂਦਾ ਹੈ ਕਿਵੇਂ ਬਣਾਉਂਦਾ ਹੈ ਨਵੀਂ ਪੀੜੀ ਬਣਾਉਂਦੀ ਹੈ ਬੁੱਢਾ ਖੇਸ ਲਈ ਪਿਆ ਰਹਿੰਦਾ ਮੈਂ ਰਾਤੀ ਪੜਦਾ ਹਟਿਆ ਮੈਂ ਇੱਕ ਰੇਤ ਪੱਥ ਆਪਣੇ ਹਿੰਦੀ ਦਾ ਤਾ ਉਥੇ ਮੈਂ ਪੜਦਾ ਰਿਆ ਓਮ ਪ੍ਰਕਾਸ਼ ਬਾਲਮਿਕੀ ਬਾਰੇ ਮੈਂ ਉਹਦੀ ਕਵਤਾ ਬਾਰੇ ਲੰਮਾ ਮੇਰਾ ਮਤਲਬ 12 ਵਜੇ ਮੈਂ ਪੜਦਾ ਸੁਤਾ ਤੇ ਖੇਸ ਲਈ ਕਿ ਸੁਤਾ ਨਹੀਂ ਹਾਂ ਸਮਾਂ ਜਿਹੜਾ ਮੈਨੂੰ ਮਿਲਿਆ ਉਹ ਤਾਂ ਇੰਜ ਸਮਝੋ ਬਹੁਤ ਵੱਡੀ ਨਾ ਕਿਸੇ ਨਦੀ ਤੇ ਸਾਗਰ ਦੀਆਂ ਲਹਿਰਾਂ ਵਾਂਗ ਹੁੰਦਾ ਸਮਾਂ ਲਹਿਰ ਵੀ ਹੁੰਦਾ ਹੈ ਜੀ ਸਮਾਂ ਸਮੇਂ ਨੂੰ ਲਹਿਰ ਵੀ ਕਿਉਂ ਤੁਸੀਂ ਮਿੱਠੇ ਮਿੱਠੇ ਫਲ ਖਾਣੇ ਹੋ ਸਮੇਂ ਨੂੰ ਤਾਂ ਜ਼ਿੰਦਗੀ ਦਾ ਫਲ ਕਿਹਾ ਜਾ ਸਕਦਾ ਤੁਸੀਂ ਅੰਬ ਨਹੀਂ ਚੂਸਦੇ ਤੇ ਸਮਾਂ ਜਿਹੜਾ ਉਹ ਤਾਂ ਬਹੁਤ ਪਿਆਰੀ ਚੀਜ਼ ਹੈ ਪਰ ਸਮੇਂ ਦਾ ਰਸ ਲਿਆ ਜਾ ਸਕਦਾ ਤੇ ਇਹਦਾ ਮਤਲਬ ਇਹ ਹੈ ਸਮੇਂ ਨੂੰ ਅਸੀਂ ਇਸ ਤਰ੍ਹਾਂ ਦਾ ਹੁਣ ਨਵੀਂ ਪੀੜੀ ਤੇ ਜਦੋਂ ਉਂਗਲ ਰੱਖਦੇ ਹੋ ਤੁਸੀਂ ਨਵੀਂ ਪੀੜੀ ਦੀਆਂ ਓਕੜਾਂ ਉਹਨਾਂ ਦਾ ਚੇਤਨਾ ਨਵੀਂ ਪੀੜੀ ਸੰਵੇਦਨਾ ਨੂੰ ਸੰਵੇਦਨਾ ਸੰਵੇਦਨਾ ਤੇ ਸਹਿਰਦਤਾ ਮੰਨਫੀ ਹੋ ਰਹੀ ਹੈ ਜ਼ਿੰਦਗੀ ਚ ਔਰ ਸਮਾ ਜਿਹੜਾ ਹੈ ਉਹ ਤਾਂ ਜਾਣਦਾ ਹੈ ਉਹ ਤਾਂ ਜਾਣਦਾ ਹੈ ਵੀ ਇਹ ਸਮੇ ਸਮਾ ਸਮਾਤਾ ਥਰਮਾਮੀਟਰ ਵੀ ਹੁੰਦਾ ਹੈ ਉਹ ਡਾਕਟਰ ਜਿਵੇਂ ਮੇਰੇ ਡਾਕਟਰ ਦੇਖਦਾ ਨਾ ਸਮਾ ਥਰਮਾਮੀਟਰ ਵੀ ਹੁੰਦਾ ਹੈ ਸਮੇ ਨੂੰ ਕਲਖਣਾ ਕੌਣ ਬਣਾਉਂਦਾ ਹੈ ਉਹਨੂੰ ਜ਼ਹਿਰੀਲਾ ਕੌਣ ਬਣਾਉਂਦਾ ਹੈ ਸਮੇ ਨੂੰ ਕਾਲਾ ਕਾਲਾ ਕੌਣ ਬਣਾਉਂਦਾ ਹੈ ਸਮੇ ਦੇ ਬਿਚੋਂ ਸਿਫਤਾਂ ਕੌਣ ਕੱਢ ਰਿਹਾ ਹੈ ਇਹ ਮਤਲਬ ਮੈਂ ਉਹ ਪ੍ਰਕਾਸ਼ ਦਾਸ ਉਹ ਨਹੀਂ ਕਹਿਣਾ ਚਾਹੁੰਦਾ ਸੀ ਇਹ ਤਾਂ ਲੋਕ ਜਾਣਦੇ ਨੇ ਲੋਕ ਬੁੱਧ ਜਾਣਦੀ ਹੈ ਲੋਕਾਈ ਜਾਣਦੀ ਹੈ ਜਿਹੜੇ ਬਹੁਤ ਬੁੱਧੀਮਾਨ ਤੇ ਵਿਵੇਕਸ਼ੀਲ ਬੰਦੇ ਨੇ ਉਹ ਜਾਣਦੇ ਨੇ ਕਿ ਸਮੇਂ ਸਮੇਂ ਦੇ ਸਰੀਰ ਤੇ ਘੂਟ ਕੌਣ ਵੱਢ ਰਿਹਾ ਹੈ ਸਮੇਂ ਨੂੰ ਜ਼ਖਮੀ ਕੌਣ ਕਰ ਰਿਹਾ ਹੈ ਸਫੇ ਨੂੰ ਲੰਗੜਾ ਕੌਣ ਕਰ ਰਿਹਾ ਹੈ ਸਮਾਂ ਲੰਗੜਾਉਂਦਾ ਵੀ ਹੁੰਦਾ ਹੈ ਸਮਾਂ ਕਦੇ ਬਹੁਤ ਤੇਜ਼ ਚਾਲ ਵੀ ਚੱਲਦਾ ਹੁੰਦਾ ਹੈ ਜੀ ਬਿਲਕੁਲ ਬਿਲਕੁਲ ਇਹ ਗੱਲ ਬਿਲਕੁਲ ਠੀਕ ਹੈ ਕਿ ਸਮਾ ਆਪਣੀ ਚਾਲੇ ਤੇ ਚੱਲਦਾ ਰਹਿੰਦਾ ਹੈ ਮਨੁੱਖ ਨੂੰ ਸਮੇਂ ਦੇ ਨਾਲ ਚੱਲਣਾ ਵੀ ਚਾਹੀਦਾ ਹੈ ਪਰ ਜੇ ਮੈਂ ਪੁਰਾਣੇ ਦੌਰ ਦੀ ਗੱਲ ਕਰ ਲਾਂ ਨਾ ਪੁਰਾਣੇ ਦੌਰ ਦੇ ਵਿੱਚ ਕੀ ਹੁੰਦਾ ਸੀ ਰਿਸ਼ਤੇਦਾਰਾਂ ਨੇ ਕਹਿਣਾ ਉਹ ਜਦੋਂ ਮਰਜ਼ੀ ਘਰ ਆ ਜਾ ਗੱਲ ਹੀ ਨਹੀਂ ਕੋਈ ਪਰ ਅੱਜ ਦੇ ਦੌਰ 'ਚ ਕੀ ਹੁੰਦਾ ਪਿਆ ਏ ਜਦ ਜਦੋਂ ਤੂੰ ਆਣਾ ਹੋਏ ਨਾ ਮੈਨੂੰ ਇੱਕ ਫੋਨ ਕਰ ਲਈ ਇਸ ਤਰ੍ਹਾਂ ਦਾ ਜਦੋਂ ਵਰਤਾਰਾ ਸਾਡੀ ਜ਼ਿੰਦਗੀ ਦੇ ਵਿੱਚ ਆ ਗਿਆ ਏ ਇੱਕ ਬੰਨੇ ਅਸੀਂ ਕਹਿੰਨੇ ਆ ਸਾਡੇ ਕੋਲ ਸਮਾਂ ਹੈ ਨਹੀਂ ਸਮਾਂ ਹੈ ਨਹੀਂ ਸਮਾਂ ਹੈ ਨਹੀਂ ਪਰ ਦੂਜੇ ਬੰਨੇ ਸ਼ਾਇਦ ਅਸੀਂ ਸਮਾਂ ਅਜਾਈਂ ਗਵਾਈ ਜਾ ਰਹੇ ਹਾਂ ਤੁਸੀਂ ਇਸ ਬਾਰੇ ਕੀ ਕਹਿੰਦੇ ਦੇਖੋ ਬਾ ਗੱਲ ਇਹ ਹੈ ਇਹ ਤੁਸੀਂ ਵਿਵਹਾਰ ਦੀ ਗੱਲ ਕਹੀ ਹੈ ਜੀ ਵਿਵਹਾਰਿਕ ਤੌਰ ਤੇ ਸਮਾਜ ਕਿੱਧਰ ਜਾ ਰਿਹਾ ਹੈ ਇਹ ਉਸ ਵਿਵਹਾਰ ਦੀ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਕਿਹਾ ਵੀ ਜਦੋਂ ਵਿਦਿਅਕ ਤੌਰ ਤੇ ਸਮਾ ਵਿਦਿਆ ਵੀ ਹੁੰਦਾ ਜੀ ਤੁਸੀਂ ਕਹੋਗੇ ਸਮਾ ਵਿਦਿਆ ਕਿ ਸਮਾ ਹਰ ਦਿਨ ਸਿਖਾਉਂਦਾ ਰਹਿੰਦਾ ਤੁਸੀਂ ਦੱਸਿਆ ਸਮੇ ਦੀ ਬਿਉਂਤ ਸਮਾ ਜਿਹੜਾ ਹੈ ਉਸ ਨੂੰ ਅਸੀਂ ਕੀ ਕਰਦੇ ਆ ਸਮੇ ਨੂੰ ਜ਼ਿੰਦਗੀ ਤੋਂ ਅਸੀਂ ਕੀ ਕਰਦੇ ਆ ਸਮਾ ਤਾਂ ਸ਼ਗਨ ਹੁੰਦਾ ਹੈ ਮੈਂ ਇੱਕ ਫਿਕਰਾ ਕਿ ਹੈ ਵੀ ਸਮਾਤਾ ਸ਼ਗਨ ਹੁੰਦਾ ਤਾਂ ਕਹਿਣ ਦਾ ਅਰਥ ਇਹ ਬਣਦਾ ਵੀ ਜਦੋਂ ਸ਼ਗਨ ਨੂੰ ਅਸੀਂ ਸਵੀਕਾਰ ਨਹੀਂ ਸੁਮੂੱਚੀ ਜ਼ਿੰਦਗੀ ਸ਼ਗਨ ਹੈ ਸ਼ਗਨ ਅਸੀਂ ਪੱਲੇ ਪਾਉਣਿਆ ਲੋਕਾਂ ਦੇ ਸ਼ਗਨ ਬਹੁਤ ਬਣਿਆ ਉਹ ਮੱਥੇ ਤੇ ਤਿਲਕ ਲਾਉਣਿਆ ਇਹ ਵੀ ਸ਼ਗਨ ਹੁੰਦਾ ਤਾਂ ਕਹਿਣ ਦਾ ਅਰਥ ਹੈ ਵੀ ਜੇ ਸਮੇ ਨੂੰ ਸ਼ਗਨ ਨਹੀਂ ਮੰਨਿਆ ਜਾਂਦਾ ਓਏ ਬਿਉਤ ਬੰਦੀਆਂ ਇਹ ਲਕੀਰਾਂ ਇਹ ਆਵਾਜਾਈ ਦੇ ਮਾਪਦੰਡ ਇਹ ਬੇਲੋੜੇ ਨੇ ਕਿਉਂ ਬੇਲੋੜੇ ਨੇ ਕਾਰਨ ਉਦਾਏ ਹੈ ਇਹ ਚੋਪਨਤ ਆਪਸਦਾਰੀ ਨਿੱਗ ਮਿਠਾਸ ਔਰ ਉਹ ਗੱਲਾਂ ਜਿਹੜੀਆਂ ਜ਼ਿੰਦਗੀ ਨੂੰ ਸੁਖਾਰਾ ਰੱਖਦੀਆਂ ਨੇ ਉਹ ਹਟ ਰਹੀਆਂ ਨੇ ਤੇ ਇਹਦਾ ਆ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ ਆ ਭੌਤਿਕਵਾਦੀ ਵਪਾਰਵਾਦੀ ਬੰਦਵਾਦੀ ਵਿਗਿਆਪਨਵਾਦੀ ਸਿਲਸਲੇ ਜਿਹੜੇ ਨੇ ਉਸ ਸੁਮੱਚੀ ਜ਼ਿੰਦਗੀ ਦੇ ਜਿਹੜਾ ਨਾ ਆਧਾਰ ਜਿਹੜਾ ਹੈ ਨਾ ਮੂਲ ਜਿਹੜਾ ਹੈ ਨਾ ਜਿਸ ਤੇ ਜ਼ਿੰਦਗੀ ਖੜਦੀ ਹੈ ਨਾ ਜੀ ਐ ਉਹ ਸੋ ਪਾਸੇ ਹਟ ਰਿਹਾ ਬਿਲਕੁਲ ਸੋ ਕਹਿਣ ਦਾ ਅਰਥ ਇਹ ਹੈ ਵੀ ਸਮੇਂ ਦੇ ਨੂੰ ਤਿਲਕਾਰੇ ਹੁਣ ਮੈਂ ਕੀ ਕਹਾ ਮੈਂ ਤਾਂ ਜਾਣਦਾ ਵੀ ਸਮਾਂ ਤਾਂ ਜ਼ਿੰਦਗੀ ਲਈ ਜ਼ਿੰਦਗੀ ਦੇ ਮੱਥੇ ਤੇ ਹਰ ਰੋਜ਼ ਹਰ ਸਮੇਂ ਹਰ ਪਲ ਹਰ ਕੜੀ ਤਿਲਕ ਲਾਉਂਦਾ ਰਹਿੰਦਾ ਔਰ ਸਮੇਂ ਦੇ ਹੱਥਾਂ ਨੂੰ ਹਰ ਦਿਨ ਆ ਵੀ ਮੇਰੇ ਮੱਥੇ ਤੇ ਤਿਲਕ ਨਾ ਲਾ ਇਹ ਤਾਂ ਮਨੁੱਖ ਦੀ ਗੁਨਾਹਗਾਰੀ ਹੈ ਇਹ ਤਾਂ ਮਨੁੱਖ ਦੀ ਗਲਤੀ ਹੈ ਆ ਜਿਹੜੀਆਂ ਦਸੀਆਂ ਤੁਸੀਂ ਗੱਲਾਂ ਇਹਨਾਂ ਸੌਖੀਆਂ ਤੇ ਸੁਖਾਲੀਆਂ ਜੀਆਂ ਗੱਲਾਂ ਨੇ ਗਲਬਕੜੀ ਪਾ ਕੇ ਨਿੱਗ ਦੇਣਾ ਉਹ ਰਿਸ਼ਤੇ ਆ ਨੂੰ ਬਹੁਤ ਇੰਜ ਸਮਝਣਾ ਵੀ ਇੱਕ ਕੁਦਰਤ ਦੀ ਬਹੁਤ ਵੱਡੀ ਬਿਲਕੁਲ ਬਿਲਕੁਲ ਗਾਸੂ ਸਾਹਿਬ ਕੇ ਮਨੁੱਖ ਦਾ ਅਪਰਾਕਿਰਤਿਕ ਬਣਨਾ ਗੈਰ ਕੁਦਰਤੀ ਬਣਨਾ ਮਨੁੱਖ ਦਾ ਸਲੀਕੇ ਨੂੰ ਛੱਡ ਦੇਣਾ ਮਨੁੱਖ ਦਾ ਸਰੋਕਾਰਾਂ ਨੂੰ ਕੱਟ ਦੇਣਾ ਮਨੁੱਖ ਦਾ ਸੰਬੰਧਾਂ ਤੋਂ ਮੁਨਕਰ ਹੋ ਜਾਣਾ ਇਹ ਜ਼ਿੰਦਗੀ ਦੇ ਗੁਨਾਹਗਾਰ ਪਲ ਬਿਲਕੁਲ ਜੀ ਜ਼ਿੰਦਗੀ ਹੈ ਜਿਉਣਾ ਸਿੱਖ ਹੱਸਣਾ ਅਤੇ ਹਸਾਉਣਾ ਸਿੱਖ ਜੇ ਕੁਝ ਲੈਣਾ ਜ਼ਿੰਦਗੀ ਵਿੱਚੋਂ ਤਾਂ ਰਿਸ਼ਤੇ ਤਾਂ ਨਿਭਾਉਣਾ ਸਿੱਖ ਸਮਾਂ ਦੱਸਦਾ ਹੈ ਕਿ ਅਸੀਂ ਰਿਸ਼ਤਿਆਂ ਨੂੰ ਕਿਵੇਂ ਨਿਭਾਉਣਾ ਹੈ ਤੇ ਸਮਾਂ ਹੋਰ ਵੀ ਮਿੱਠਾ ਹੋ ਜਾਂਦਾ ਹੈ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਮੇਂ ਦੇ ਵਿੱਚ ਕੁਝ 뮤직 ਆ ਜਾਂਦਾ ਹੈ ਕੁਝ ਸੰਗੀਤ ਆ ਜਾਂਦਾ ਹੈ ਤੇ ਅਸੀਂ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਇੱਕ ਮਿੱਠਾ ਜਿਹਾ ਗੀਤ ਸ਼ਾਮਲ ਕਰ ਰਹੇ ਹਾਂ ਆਓ ਜੁੜਦੇ ਹਾਂ ਗੀਤ ਦੇ ਨਾਲ पे चादी ਦੋਸਤੋ ਵਕਤ ਦਾ ਇਹ ਕਾਫਲਾ ਰੁਕਦਾ ਨਹੀਂ ਰੁਕਦਾ ਨਹੀਂ ਵਾਕਈ ਇਹ ਵਕਤ ਰੁਕਦਾ ਨਹੀਂ ਹੈ ਪਰ ਸਮੇਂ ਦੇ ਨਾਲ ਸਾਨੂੰ ਚੱਲਣਾ ਪੈਂਦਾ ਹੈ ਸਮੇਂ ਦਾ ਪ੍ਰਯੋਗ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਸਮੇਂ ਦੀ ਪਹਿਚਾਨ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਅੱਜ ਅਸੀਂ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਡਿਸਕਸ ਕਰ ਰਹੇ ਹਾਂ ਵਿਚਾਰ ਚਰਚਾ ਕਰ ਰਹੇ ਹਾਂ ਸ਼੍ਰੀ ਓਮ ਪ੍ਰਕਾਸ਼ ਗਸੋਜੀ ਦੇ ਨਾਲ ਗਸੋ ਸਾਹਿਬ ਸਕੂਲ ਕਾਲਜਾਂ ਦੀ ਗੱਲ ਕਰ ਲੀਏ ਨਾ ਤੇ ਸਕੂਲ ਕਾਲਜਾਂ ਦੇ ਨਾ ਮੱਥੇ ਦੇ ਉੱਤੇ ਬੜਾ ਵੱਡਾ ਲਿਖਿਆ ਹੁੰਦਾ ਹੈ ਕਿ ਕੀ ਮੈਂ ਸਮੇ ਸਿਰ ਹਾਂ ਤੇ ਗੇਕ ਸਵਾਲੀਆ ਨਿਸ਼ਾਨ ਪਾਇਆ ਹੁੰਦਾ ਹੈ ਕੀ ਵਾਕਈ ਅਸੀਂ ਸਮਝੇ ਰਹਾਂ ਭੱਬੇ ਅੱਖਰ ਨਾਲ ਤਿੰਨ ਸ਼ਬਦ ਸ਼ੁਰੂ ਹੁੰਦੇ ਨੇ ਜੀ ਇੱਕ ਭੌਤਿਕਤਾ ਭਾਵਨਾ ਭਾਸ਼ਾ ਹਮ ਹੁਣ ਤੁਸੀਂ ਕਹੋਗੇ ਵੀ ਇਹਨਾਂ ਸ਼ਬਦਾਂ ਦਾ ਸਾਡੇ ਇਸ ਗੱਲ ਨਾਲ ਸੰਬੰਧ ਕੀ ਆ ਹਮ ਦੇਖਿਆ ਜਾਵੇ ਤਾਂ ਸਮੁੱਚੀ ਜ਼ਿੰਦਗੀ ਜਿਹੜੀ ਹੈ ਸਮੁੱਚਾ ਬ੍ਰਹਮੰਡ ਜਿਹੜਾ ਹੈ ਨਾ ਔਰ ਉਸ ਸਮੇਂ ਨੂੰ ਸਮੇਂ ਨੂੰ ਸੁਗੰਧ ਵੀ ਕਿਹਾ ਜਾ ਸਕਦਾ ਹੈ ਮੈਂ اٹਕ ਤਾਂ ਗਿਆ ਸੀ ਵੀ ਸਮੇਂ ਨੂੰ ਸੁਗੰਧ ਕਿਵੇਂ ਕਹਾਮ ਹੈ ਤੇ ਸਮੇਂ ਨੂੰ ਸੁਗੰਧ ਕਹਿਣ ਵਾਲੀ ਗੱਲ ਦੀ ਜਿਹੜਾ ਉਹਦਾ ਵਿਸ਼ਲੇਸ਼ਣ ਕਿਵੇਂ ਕਰਾਂ ਉਹਦੀ ਵਿਆਖਿਆ ਕਿਵੇਂ ਕਰਾਂ ਉਹਨੂੰ ਸਮਝਾਵਾਂ ਕਿਵੇਂ ਉਹਨੂੰ ਦੱਸਾਂ ਕਿਵੇਂ ਉਹਦੇ ਨਾਲ ਹੋਰ ਸਤਰਾਂ ਕਿਵੇਂ ਜਣਾ ਸਮਾ ਤਾਂ ਕਵਤਾ ਵੀ ਹੁੰਦਾ ਔਰ ਜਦੋਂ ਅਸੀਂ ਕੋਮਲਤਾ ਨੂੰ ਅੰਡਿੱਟ ਕਰਕੇ ਕਠੋਰਤਾ ਦੇ ਅਧੀਨ ਹੋ ਜਾਂਦੇ ਆ ਫਿਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ ਕੰਧਾਂ ਤੇ ਲਿਖੇ ਹੋਏ ਜਿਹੜੇ ਮੋਟੋ ਨੇ ਨਾ ਉਹ 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 ਰਹ ਜਾਂਦੇ ਨੇ ਇੱਕ ਇਹ ਜੇ ਜੇ ਅਸੀਂ ਆਪਣੇ ਬਹਿਰੰਗ ਤੇ ਅੰਤਰੰਗ ਦੋ ਰੂਪ ਹੁੰਦੇ ਨੇ ਮਨੁੱਖ ਦੇ ਮੈਂ ਬਹਿਰੰਗ ਵਿੱਚ ਆ ਪਗੜੀ ਕੁਰਤਾ ਪਜਾਮਾ ਦੀਦਾ ਲੇਕਿਨ ਮੇਰੇ ਅੰਤਰੰਗ ਕੀ ਹੈ ਮੇਰੇ ਅੰਦਰ ਕੀ ਹੈ ਤੇ ਕਹਿਣ ਦਾ ਮਤਲਬ ਹੈ ਇੱਕ ਬ੍ਰਹਮਈ ਸੰਸਾਰ ਹੈ ਮਹਾਰ ਮਨੁੱਖ ਉਹ ਮਨੁੱਖ ਬੈਠਾ ਮੇਰੀ ਫੋਟੋ ਖਿੱਚਦਾ ਹੈ ਉਹਦਾ ਵੀ ਬ੍ਰਹਮੰਡ ਹੈ ਉਹਦੀ ਵੀ ਆਂਤ੍ਰਿਕਤਾ ਹੈ ਉਹਦਾ ਵੀ ਆਂਤ੍ਰਿਕ ਸੰਸਾਰ ਹੈ ਔਰ ਉਹ ਇੱਕ ਸੰਸਾਰ ਦਾ ਮਾਲਕ ਹੈ ਆ ਜਿੰਨੇ ਤੂੰ ਸ਼ੁਕਰਗੁਜ਼ਾਰ ਤੇਰਾ ਵੀ ਇੱਕ ਸੰਸਾਰ ਜਿੰਨੇ ਵੀ ਸ਼ਰੋਤਾ ਨੇ ਉਹਨਾਂ ਦਾ ਵੀ ਇੱਕ ਸੰਸਾਰ ਹੈ ਔਰ ਉਹ ਸੰਸਾਰ ਜਿਹੜਾ ਹੈ ਨਾ ਜ਼ਿੰਦਗੀ ਦੀਆਂ ਜਿਹੜੀਆਂ ਨੇ ਨਾ ਉਹ ਸੁਗੰਧਮਈ ਫੁੱਲਾਂ ਦੀਆਂ ਕਿਆਰੀਆਂ ਵਰਗਾ ਹੁੰਦਾ ਹੈ ਫੁੱਲਾਂ ਦੇ ਬਨਸਵਨਤਾ ਅਸੀਂ ਤਾਂ ਵੇਖਿਆ ਜਾਵੇ ਫੁੱਲਾਂ ਨੂੰ ਨਹੀਂ ਜਾਣਦੇ ਦਰਖਤਾਂ ਨੂੰ ਨਹੀਂ ਜਾਣਦੇ ਪੌਂਨ ਨੂੰ ਨਹੀਂ ਜਾਣਦੇ ਪੰਛੀ ਨੂੰ ਨਹੀਂ ਜਾਣਦੇ ਅਸੀਂ ਕਦੇ ਕਦੇ ਆਪਣੇ ਸਮੁੱਚੇ ਸਮੇਂ ਤੋਂ ਆਕਾਸ਼ ਵੱਲ ਉੜਦੇ ਪੰਛੀ ਦੀ ਡਾਰਾਂ ਨੂੰ ਨਹੀਂ ਵੇਖਿਆ ਹੋਣਾ ਅਸੀਂ ਆਪਣੇ ਸਮੇਂ ਵਿੱਚ ਸਮੇਂ ਦਾ ਪ੍ਰਯੋਗ ਦੱਸਦਾ ਮੈਂ ਸਮੇਂ ਦੇ ਪ੍ਰਯੋਗ ਵਿੱਚ ਅਸੀਂ ਕਦੇ ਨਦੀ ਦੀਆਂ ਲਹਿਰਾਂ ਨੂੰ ਨਹੀਂ ਦੇਖਿਆ ਹੋਣਾ ਅਸੀਂ ਕਦੇ ਆਪਣੇ ਦਿਮਾਗ ਵਿੱਚ ਉੱਚੇ-ਉੱਚੇ ਪਹਾੜ ਮਾਉਂਟ ਐਵਰੈਸਟ ਦੇ برف ਨਾਲ ਲੱਦੀਆਂ ਆਈਆਂ ਚੋਟੀਆਂ ਦਾ ਖਿਆਲ ਵੀ ਨਹੀਂ ਆਇਆ ਹੋਣਾ ਜਦੋਂ ਤੱਕ ਅਸੀਂ ਆਪਣੇ ਸਮੇਂ ਵਿੱਚ ਸੋਹਣੀਆਂ-ਸੋਹਣੀਆਂ ਗੱਲਾਂ ਦੇ ਖਿਆਲ ਨਹੀਂ ਲਿਉਂਦੇ ਸੋਹਣੀ ਕਲਪਨਾ ਨਹੀਂ ਲਿਉਂਦੇ ਸੋਹਣੀਆਂ ਸੱਦਰਾਂ ਨਹੀਂ ਲਿਉਂਦੇ ਜ਼ਿੰਦਗੀ ਤਾਂ ਇੱਕ ਕਥਾ ਹੁੰਦੀ ਹੈ ਸਮਾਂ ਉਸ ਕਥਾ ਦਾ ਹੰਗਾਰਾ ਬਣਦਾ ਰਹਦਾ ਹੈ ਜੀ ਬਿਲਕੁਲ ਬਿਲਕੁਲ ਔਰ ਉਹ ਉਹ ਜਿਹੜਾ ਹੰਗਾਰਾ ਹੈ ਨਾ ਸਮੇ ਦਾ ਔਰ ਉਸ ਸਮੇ ਦਾ ਹੰਗਾਰਾ ਆ ਵੀ ਸਮੇ ਦਾ ਹੰਗਾਰਾ ਹੈ ਉੱਥੇ ਆ ਰਿਕਾਰਡਿੰਗ ਹੋ ਰਹੀ ਹੈ ਇਸ ਸਮੇ ਨੂੰ ਇੱਕ ਹੰਗਾਰਾ ਮਿਲ ਰਿਹਾ ਹੈ ਔਰ ਆਪਾਂ ਦੇ ਰਹੇ ਆ ਪਤਾ ਨਹੀਂ ਕਿੰਨੇ ਕੁ ਲੋਕ ਹੰਗਾਰਾ ਦੇ ਰਹੇ ਨੇ ਸੋ ਇਹ ਜ਼ਿੰਦਗੀ ਜਿਹੜੀ ਹੈ ਨਾ ਇਸ ਨੂੰ ਇਹ ਬੰਦ ਨਹੀਂ ਕੀਤਾ ਜਾ ਸਕਦਾ ਤੇ ਗੱਸੂ ਸਾਹਿਬ ਇੱਕ ਨਾ ਸਮਾਂ ਹੁੰਦਾ ਸੀ ਜਦੋਂ ਕਿਤਾਬਾਂ ਪੜ੍ਹੀਦੀਆਂ ਸੀ ਫਿਰ ਇੱਕ ਸਮਾਂ ਆ ਗਿਆ ਕਿ ਅਸੀਂ ਕੰਪਿਊਟਰਾਂ ਦੇ ਦੁਆਲੇ ਹੋ ਗਏ ਫਿਰ ਇੱਕ ਸਮਾਂ ਹੁਣ ਐਸਾ ਆ ਗਿਆ ਕਿ ਅਸੀਂ ਹੱਥਾਂ ਦੇ ਵਿੱਚ ਮੋਬਾਈਲ ਲੈ ਲਿਆ ਹੈ ਸਮੇ ਨੇ ਬੜੀ ਰਫ਼ਤਾਰ ਪਕੜੀ ਸਾਡੀ ਜ਼ਿੰਦਗੀ ਦੇ ਵਿੱਚ ਅਧੂਨਿਕਤਾ ਆਈ ਪਰ ਵਿੱਚੋਂ ਰੋਕਦਿਆਂ ਮੈਂ ਸ਼ੂਗਰ ਗਾਜ ਮੈਨੂੰ ਮੈਂ ਵਿੱਚੋਂ ਤਾਂ ਤੈਨੂੰ ਰੋਕਿਆ ਤੂੰ ਕਹੇਗਾ ਬੁਰਿਆ ਕਿਉਂ ਰੋਕਿਆ ਉਹਦਾ ਕਾਰਨ ਇਹ ਹੈ ਮੈਂ ਦੱਸਦਾ ਵੀ ਮੈਨੂੰ ਨਾ ਇੱਕ ਜਰਮਨ ਸੁਆਣੀ ਦੀ ਭਾਰਤ ਵਿਚਾਈ ਦੀ ਗੱਲ ਯਾਦ ਹੈ ਔਰ ਉਹਨੂੰ ਤੇਰੇ ਵਰਗਾ ਸ਼ੁਕਰਗੁਜ਼ਾਰ ਕਹਿੰਦਾ ਮੈਡਮ 5 ਮਿੰਟ ਬੋਲੇ ਉਹ ਕਹਿੰਦੀ ਮੈਂ ਤਾਂ ਇੱਕੋ ਹੀ ਫਿਕਰਾ ਸਾਂਝਾ ਕਰਾਂਗੀ ਉਹ ਕਹਿੰਦੀ ਵੀ ਹੈਵ ਟੇਕਨ ਦੀ ਗੁੱਡ ਥਿੰਗਸ ਆਫ ਥੀਸ ਐਂਡ ਯੂ ਹੈਵ ਅਡਾਪਟਡ ਦੀ ਬੈਡ ਥਿੰਗਸ ਆਫ ਦੀ ਬੈਸਟ ਸਮਾ ਜਿਹੜਾ ਹੈ ਤਕਨੀਕ ਜਿਹੜੀ ਹੈ ਇਹ ਮੌਲਿਕਤਾ ਨੂੰ ਮੌਲਿਕਤਾ ਨੂੰ ਨਿਤ ਉਹਦਾ ਕਤਲ ਕਰਦੀ ਹੈ ਮੌਲਿਕਤਾ ਜਿਹੜੀ ਮੈਂ ਤੁਰਿਆ ਬਰਨਾਲਿਓ ਤੁਰਿਆ ਆਰਾਮ ਨਾਲ ਤੁਰਿਆ ਗੀਤ ਗਾਉਂਦਾ ਤੁਰਿਆ ਹੁਣ ਮੈਂ ਕੀ ਨਾਂ ਲਾਂ ਮਾ ਗਰਮੇਲ ਸਿੰਘ ਦਾ ਚਲੋ ਉਹਦਾ ਇਹਦਾ ਸੰਪਾਦਕ ਹੈ ਤੂੰ ਕਹਿਣ ਦਾ ਅਰਥ ਹੈ ਵੀ ਇਹ ਸਮਾਂ ਮੈਂ ਕਬੀਰ ਨੂੰ ਯਾਦ ਕਰਦਾ ਆ ਤੂੰ ਕਹੇਗਾ ਬੁਰਿਆ ਕਬੀਰ ਨੂੰ ਯਾਦ ਕਰਦਾ ਆ ਹਾਂ ਹਾਂ ਕਬੀਰ ਨੂੰ ਯਾਦ ਕਰਦਾ ਕਬੀਰ ਤਾਂ ਕਹਿੰਦਾ ਨਾ ਕੁਝ ਦੇਖਾ ਭਾਵ ਭਜਨ ਮੇਂ ਨਾ ਕੁਝ ਦੇਖਾ ਪੂਥੀ ਮੇਂ ਜੋ ਦੇਖਾ ਸੋ ਰੋਟੀ ਮੇਂ ਦੇਖ ਕਹਤ ਕਬੀਰ ਸੁਣੋ ਮੈਂ ਹੁਣ ਕਬੀਰ ਨੂੰ ਯਾਦ ਕਰਦਾ ਆਂ ਫਿਰ ਵਿਵੇਕਾਨੰਦ ਨੂੰ ਯਾਦ ਕਰਦਾ ਉਹ ਕਿੰਨੇ ਤੁਸੀਂ ਕਹੇ ਕਿ ਨਵੀਂ ਪੀੜੀ ਤੇ ਉਂਗਲ ਰੱਖੀ ਕਿੰਨੇ ਕੁ ਵਿਦਿਆਰਥੀ ਨੇ ਜਿਹੜੇ ਵਿਵੇਕਾਨੰਦ ਨੂੰ ਜਾਣਦੇ ਨੇ ਕਿੰਨੇ ਕੁ ਵਿਦਿਆਰਥੀ ਨੇ ਜਿਨ੍ਹਾਂ ਨੂੰ ਇਹ ਪਤਾ ਹੈ ਵੀ ਸੁਭਾਸ਼ ਚੰਦਰ ਬੋਸ ਕਿੰਨੇ ਕੁ ਬੰਦਿਆਂ ਨੂੰ ਪਤਾ ਹੈ ਵੀ ਜਾਪਾਨ ਜਿਹੜਾ ਹੈ ਉਸਨੇ ਮੇਰਾ ਮਤਲਬ ਲਕਸ਼ਦੀਪ ਬਾਰੇ ਮੈਂ ਪਰਸੋਂ ਚਾਥੇ ਮੇਰਾ ਕਹਿਣ ਦਾ ਬਦਲਾ ਕਿਤਾਬਾਂ ਜਿਹੜੀਆਂ ਨੇ ਆਇਨਾ ਸਮਝੋ ਵੀ ਕਿਤਾਬਾਂ ਵਿੱਚ ਨਹੀਂ ਮੈਂ ਜੇ ਕਹਾਂ ਨਾ ਪੁੱਤਰਾ ਉਪੁੱਤਰ ਕਹਿ ਲੈਣ ਦੇ ਮੈਨੂੰ ਤੇ ਮੈਂ ਮੈਂ ਕਹਿਣ ਦਾਤਾ ਸਮਾਤਾ ਇੱਕ पाठशाला ਹੁੰਦਾ ਉਹ ਜੇ ਤੂੰ ਕਹੇ ਬੁੜਿਆ ਉਹ ਸਮਾ पाठशाला ਹੁੰਦਾ ਮੈਂ ਠੀਕ ਹੰਟੇਸ ਤੇ ਬੋਲ ਸਕਦਾ ਹਾਂ ਵੀ ਸਮਾ पाठशाला ਹੁੰਦਾ ਹੈ ਜੀ 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 ਸਮਾ ਆਸ਼ਰਮ ਹੁੰਦਾ ਸਮਾ ਗੁਰੂ ਹੁੰਦਾ ਔਰ ਸਮਾ ਗਿਆਨ ਹੁੰਦਾ ਕਹੇਗਾ ਬਰੇਆ ਸਮਾ ਪਾਠਸ਼ਾਲਾ ਕੇ ਸਮਾ ਅਸੀਂ ਪਾਠਸ਼ਾਲਾ ਚ ਉਹਦਾ ਕੁਥੋੜੀਆਂ ਐਵੇਂ 2-4 ਪਾਠ ਹੀ ਸਿੱਖਦੇ ਆ ਸਮਾ ਤਾਂ ਮਹੌਨ ਪਾਠਸ਼ਾਲਾ ਬਰੇਉਂ ਲੁਗਾਂ ਵੀ ਤੋ ਤੁਰਦਾਰ ਹੈ ਔਰ ਕਰੋੜਾਂ ਵਿਦਿਆਰਥੀ ਸਮੇਂ ਚ ਉਸ ਪੜਦੇ ਨੇ ਤੂੰ ਮੈਂ ਸਾਰੇ ਦਰਸ਼ਕ ਜਿਹੜੇ ਨੇ ਉਸ ਪਾਰਸਾਲਾ ਚ ਪੜ੍ਹ ਬਿਲਕੁਲ ਪੜ੍ਹਨ ਦੀ ਗੱਲ ਚੱਲੀ ਹੈ ਤੇ ਮੇਰੇ ਜ਼ਿਹਨ ਦੇ ਵਿੱਚ ਗੱਲ ਆਇਆ ਹੈ ਅਧਿਆਪਕ ਦੀ ਅਧਿਆਪਕ ਤੇ ਵਿਦਿਆਰਥੀ ਦਾ ਬੜਾ ਗੂੜਾ ਸੰਬੰਧ ਹੈ ਆਪਸ ਦੇ ਵਿੱਚ ਤੇ ਅਧਿਆਪਕ ਦਾ ਵਿਦਿਆਰਥੀ ਦੇ ਜੀਵਨ ਦੇ ਉੱਤੇ ਜਦੋਂ ਸਹੀ ਪ੍ਰਭਾਵ ਹੁੰਦਾ ਹੈ ਤਾਂ ਫਿਊਚਰ ਵਾਲਾ ਸਾਡਾ ਭਵਿੱਖ ਵਾਲਾ ਸਮਾਂ ਆਪੇ ਹੀ ਸੁਧਰ ਜਾਂਦਾ ਹੈ ਵਰਤਮਾਨ ਤੋਂ ਲੈ ਕੇ ਅਧਿਆਪਕ ਵਿਦਿਆਰਥੀ ਦੇ ਜੀਵਨ ਸੰਦਰਭ ਨੂੰ ਲੈ ਕੇ ਜੇ ਚੱਲਦੇ ਹਾਂ ਤੇ ਇਸ ਸਮੇ ਨੂੰ ਕਿਵੇਂ ਸਵਾਰ ਸਕਦਾ ਹੈ ਇੱਕ ਅਧਿਆਪਕ ਵਿਦਿਆਰਥੀ ਦੇ ਕੱਲ ਪਰਸੋਂ ਮੈਂ ਹੂੰ ਕੋਈ ਪੰਜਾਬੌਰ ਦੀ ਇਸਤਰੀ ਸੀ ਉਹਨੇ ਕਿਸੇ ਜੇਲ੍ਹ ਵਿੱਚ ਗਈ ਇੱਕ ਜੇਲ੍ਹ ਦੀ ਗੱਲ ਮੈਂ ਮੈਂ ਪੜਦਾ ਹੂੰ ਪੜਦਾ ਪੁਰਦਾ ਖਾਸਾ ਪੜਦਾ ਮੇਰਾ ਕਹਿਣ ਦਾ ਮਤਲਬ ਹੈ ਸਾਸੀਂ ਤਾਂ ਪੜਦੇ ਹੀ ਨਹੀਂ ਹਾਂ ਭਾਰਤੀ ਸੰਸਕ੍ਰਿਤੀ ਕੇ ਤਾਰ ਦੇ ਆਰਾਮਦਾਰੀ ਦੇ ਦਿਨ ਚ ਚਲੋ ਖੈਰ ਮੈਂ ਇਥੇ ਵਿਗਿਆਪਨ ਦੇਣ ਨਹੀਂ ਆਇਆ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਗੁਰੂ ਹੁੰਦਾ ਸੀ ਨਾ ਇਹਦੀ ਹੁਣ ਜੇ ਮੈਂ ਕਹਾਣੀ ਦਸਾਂ ਕਹੇਗਾ ਆਸ਼ਰਮ ਉਹ ਚੀਜ਼ਾਂ ਜਿਹੜੀਆਂ ਇਸ ਦੇਸ਼ ਦੀ ਦੇਣ ਸਨ ਉਹ ਖਤਮ ਕੀ ਹੋਈਆਂ ਉਹ ਮੈਂ ਕਥਾ ਕੀ ਸੁਣਾਵਾਂ ਇੱਕ ਗੁਰੂ ਨੇ ਤਿੰਨ ਵਿਅਰਥਿਆਂ ਨੂੰ ਕਹਤਾ ਵੀ ਜਾਓ ਉਹ ਉਹ ਰਸਤੇ ਚ ਗਏ ਹਨੇਰਾ ਸੀ ਕੰਡੇ ਸੀ ਤੇ ਕਹਿਣ ਦਾ ਅਰਥ ਇਹ ਹੈ ਫਿਰ ਉਹਨਾਂ ਇੱਕ ਛਾਲ ਮਾਰ ਕੇ ਲੰਘ ਗਏ ਇੱਕ ਪਾਸੇ ਦੀ ਲੰਘ ਗਿਆ ਤੀਜਾ ਤੇਰੇ ਅਰਗਾ ਤੇਰੇ ਅਰਗਾ ਮੈਂ ਕਹਤਾ ਸਾਰਿਆਂ ਲਈ ਹੈ ਜਿੰਨੇ ਵੀ শ্রোਤੇ ਸੁਣਦੇ ਨੇ ਉਹਨਾਂ ਅਰਗਾ ਉਹਨੇ ਕਿਹਾ ਕੰਡੇ ਚ ਗਏ ਟਵਾ ਪੱਟਿਆਂ ਉੱਤੇ ਦੱਬਿਆ ਵੀ ਰਾਤ ਨੂੰ ਹਨੇਰੇ 'ਚ ਬੰਨ੍ਹਣਗੇ ਉਹ ਕਹਿੰਦਾ ਤੁਸੀਂ ਤਾਂ ਆਸ਼ਰਮ 'ਚ ਆ ਜਾਓ ਤੂੰ ਭੱਜ ਜਾ ਇਹਦਾ ਮਤਲਬ ਹੈ ਜ਼ਿੰਦਗੀ ਦੀਆਂ ਜਿਹੜੀ ਨੈਤਿਕਤਾ ਹੈ ਨਾ ਹੁਣ ਤੂੰ ਤਾਂ ਕਹੇਗਾ ਮੈਂ ਉਹ ਜੇ ਨੈਤਿਕਤਾ ਤੇ ਬੋਲਾਂ ਜ਼ਿੰਦਗੀ ਦੇ ਆਦਰਸ਼ ਤੇ ਬੋਲਾਂ ਜ਼ਿੰਦਗੀ ਦੀਆਂ ਕਦਰਾਂ ਤੇ ਕੀਮਤਾਂ ਤੇ ਬੋਲਾਂ ਜ਼ਿੰਦਗੀ ਦੇ ਮੁੱਲ ਤੇ ਬੋਲਾਂ ਤਾਂ ਬਹੁਤ ਕੁਝ ਹੈ ਮੁੱਲ ਜਦੋਂ ਨਾ ਮੁੱਲ ਜਿਹੜਾ ਹੈ ਨਾ ਅਮੁੱਲ ਹੁੰਦਾ ਸਮਾ ਤਾਂ ਮੁੱਲ ਹੁੰਦਾ ਇਹਦਾ ਤਾਂ ਮੁੱਲ ਹੈ ਹੀ ਕੋਈ ਨਹੀਂ ਅਸੀਂ ਗੁਰੂ ਤੇ ਵਿਦਿਆਰਥੀ ਜਿ ਕਰਦੇ ਆ ਵਿਦਿਆਰਥੀ ਵਿਦਵਤੋਂ ਵਿਦਿਆਰਥੀ ਬਣਿਆ ਬੇਦਨਾ ਬਣਿਆ ਵਿਦਿਆਲਿਆ ਬਣੇ ਬਹੁਤ ਕੁਝ ਬਣਿਆ ਮੇਰਾ ਮਤ ਹੈ ਵਿਦਿਆਰਥੀ ਹੁੰਦਾ ਕਿਸੇ ਚੀਜ਼ ਨੂੰ ਗ੍ਰਹਿਣ ਕਰਨ ਵਾਲਾ ਅਧਿਆਪਕ ਜਿਹੜਾ ਅਧਿਨ ਨਾਲ ਸੰਬੰਧਤ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਜਿਵੇਂ ਪਾਠਸ਼ਾਲਾ ਗਊਸ਼ਾਲਾ ਬਿਸਰਾਮਸਾਲਾ ਬਹੁਤ ਸਾਰੀ ਮੈਂ ਬੇਨਤੀ ਕੀ ਹੈ ਸ਼ੁਕਰਗੁਜ਼ਾਰ ਪਿਆਰੇ ਪੁੱਤਰ ਬੇਨਤੀ ਹੈ ਵੀ ਗੁਰੂ ਜਿਹੜਾ ਨਾ ਹੁਣ ਤਾਂ ਤਨਖਾਹਾਂ ਇੰਨੀਆਂ ਨਹੀਂ ਰਹੇ ਰੱਬ ਦਾ ਨਾ ਤੇ ਮੈਨੂੰ ਮੇਰੀ ਮੇਰੀ ਕੌਮ ਇੰਨੀ ਪੈਨਸ਼ਨ ਦਿੰਦੀ ਆ ਮੈਂ ਤਾਂ ਦਾ ਸ਼ੁਕਰਗੁਜ਼ਾਰ ਆ ਤੇ ਕਹਿਣ ਦਾ ਅਰਥ ਹੈ ਸ਼ੁਕਰਗੁਜ਼ਾਰ ਸ਼ਬਦ ਆ ਗਿਆ ਲੈ ਤੇਰਾ ਨਾਂ ਆ ਗਿਆ ਇਹਦੇ ਵਿੱਚ ਇਹਦਾ ਮਤਲਬ ਇਹ ਹੈ ਕਹਿਣ ਦਾ ਅਰਥ ਹੀ ਬਣਦਾ ਹੈ ਅਧਿਆਪਕ ਜਿਹੜਾ ਹੈ ਨਾ ਉਹ ਮੈਂ ਉਹਦਾ ਤਾਂ ਥਾਪਣਾ ਹੀ ਮੈਂ ਮੇਰੇ ਤੋਂ ਪੜੇ ਹੋਏ ਲੋਕ ਬੱਚੇ ਇੱਕ ਦਰਬਾਰਾ ਸਿੰਘ ਗੁਰੂ ਜੀ ਉਹ ਚੀਫ ਸੈਕਟਰੀ ਬਣ ਗਿਆ ਉਹ ਮਖਿਆ ਦਰਬਾਰਿਆਂ ਤੂੰ ਪੁੱਤਰਾ ਚੀਫ ਸੈਕਟਰੀ ਬਣ ਗਿਆ ਕਹਿੰਦਾ ਬਾਪੂ ਮੈਂ ਤੇਤੋਂ ਪੜਿਆ ਮੈਂ ਪਹਿਲਾਂ ਮਾਸਟਰ ਸੀ ਫਿਰ ਪ੍ਰੋਫੈਸਰ じゃ ਬਣਿਆ ਉਹ ਕਹਿੰਦਾ ਮੈਂ 6ਵੀਂ 7ਵੀਂ 8ਵੀਂ ਤਿੰਨ ਜਮਾਤਾਂ ਤੇਤੋਂ ਹਿੰਦੀ ਪੜਿਆ ਕਹਿੰਦਾ ਮੈਂ ਜ਼ਿੰਦਗੀ ਚ ਨਹੀਂ ਇਹੋ ਜਿਹਾ ਕੁਝ ਪੜਿਆ ਉਹ ਗੱਲਾਂ ਯਾਦ ਰਹਿੰਦੀਆਂ ਨੇ ਕੀ ਬਾਤਾਂ ਤੇ ਸਮੇਂ ਦੇ ਲਿਹਾਜ਼ ਨਾਲ ਤੁਸੀਂ ਮਾਪਿਆਂ ਦੇ ਰੋਲ ਨੂੰ ਅੱਜ ਦੇ ਦੌਰ ਵਿੱਚ ਕਿਵੇਂ ਵੇਖਦੇ ਹੋ ਕਿ ਕਿੰਨੇ ਕੁ ਸਾਰਥ ਤੂ ਦਾ ਪਾਈਆਂ ਜਾਂ ਗੱਲਾਂ ਕਹੀ ਜਾਂਦਾ ਉਹ ਮੈਂ ਕਹਿਣਾ ਵੀ ਇਹਨਾਂ ਬਾਰੇ ਕੀ ਗਾ ਮਾਪੇ ਸੰਤਾਨ ਦੇ ਪ੍ਰਤੀ ਸਿਹਰਦ ਹਣ ਹੀ ਨਹੀਂ ਮਾਪੇ ਮਨੁੱਖ ਨੂੰ ਉਹ ਗਲਵਕੜੀ ਦਿੰਦੇ ਨਹੀਂ ਉਹ ਚੁੰਮਣ ਨਹੀਂ ਦਿੰਦੇ ਮੇਰੇ ਤੋਂ ਹਜ਼ਾਰਾਂ ਬੱਚੇ ਵਿਦਿਆਰਥੀ ਆਪਣੀਆਂ ਮੈਂ ਕੀ ਦੱਸਾਂ ਕਿੰਨਾ ਕ ਦੱਸਾਂ ਮੈਂ ਤੁਰਿਆ ਜਾ ਰਿਹਾ ਸੀ ਤੁਰਿਆ ਜਾ ਰਿਹਾ ਸੀ ਧੁੱਪ ਸੀ ਇੱਕ ਕੁੜੀ ਆਈ ਮੂਰੇ ਉਹਨੇ ਸਤਿਕਾਰ ਕੀਤਾ ਮੈਂ ਉਹਦੇ ਸਿਰ ਤੇ ਹੱਥ ਰੱਖਿਆ ਕਹਿੰਦੀ ਮੈਂ ਤੁਹਾਨੂੰ ਐਸੇ ਦਿਨ ਕਾਲੇ ਬਰਨਾਲੇ ਪੜੀਆਂ ਮੈਂ ਤੁਹਾਡੀ ਵਿਦਿਆਰਤਨਾ ਹੋ ਮੇਰਾ ਪਤੀ ਹੈ ਮੈਂ ਉਹਦੀ ਨੂੰ ਖੜਕਾ ਕੇ ਆਈਆਂ ਤੁਸੀਂ ਤੁੱਪੇ ਨਾ ਆਇਆ ਕਰੋ ਤੁਸੀਂ ਥੈਲੇ ਚ ਬੋਤਲ ਰੱਖਿਆ ਕਰੋ ਉਹ ਮਖਿਆ ਕੁੜੀ ਕਹਿੰਦੀ ਅਸੀਂ ਤਾਂ ਇਕੱਠੀਆਂ ਹੁੰਦੀਆਂ ਤੁਹਾਨੂੰ ਯਾਦ ਕਰਦੀਆਂ ਉਹ ਬੱਚਿਆਂ ਨੂੰ ਮੇਰਾ ਇੱਕ ਵਿਦਿਆਰਥੀ ਹੈ ਪ੍ਰੋਜੈਕਟ ਦਾ ਕਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਇੱਥੇ ਪੰਜਾਬੀ ਉਹ ਮਖਿਆ ਤੂੰ ਸਾਇੰਸ ਦਾ ਵਿਦਿਆਰਥੀ ਮੈਂ ਸਾਹਿਤ ਦਾ ਤੂੰ ਮੇਰਾ ਬੱਚਾ ਕਿਵੇਂ ਬਣ ਗਿਆ ਕਹਿੰਦਾ ਮੈਂ ਬਰਾਂਡੀ ਚ ਖੜ ਕੇ ਤੁਹਾਡੇ ਲੈਕਚਰ ਸੁਣਦਾ ਰਿਹਾ। ਕਿਆ ਬਾਤ। ਤਾਂ ਕਹਿਣ ਦਾ ਅਰਥ ਮੇਰਾ ਬਣਦਾ ਹੈ ਵੀ ਬਣਦਾ ਤੇ ਇਹ ਹੈ ਜੇ ਮਨੁੱਖ ਕੋਲੇ ਕੋਈ ਚੀਜ਼ ਹੁੰਦੀ ਹੈ ਨਾ ਤੇ ਫਿਰ ਜਦੋਂ ਉਹ ਜਾਂ ਪਹਿਲਾਂ ਐ ਦੱਸੋ ਫੁੱਲਾਂ ਦੀ ਸੁਗੰਧ ਤੁਹਾਨੂੰ ਕਹਿੰਦੀ ਆ ਵੀ ਮੈਨੂੰ ਮੈਂ ਮੈਨੂੰ ਕਰਜ਼ਾ ਦੇ ਦੇ। ਕੋਈ ਗੀਤ ਗਾਉਂਦਾ ਉਹਦੀ ਸ਼ਰੀਲੀ ਉਹ ਲੋ ਵਿਦਿਆਰਥੀਆਂ ਤਾਂ ਹੀ ਨਹੀਂ ਪ੍ਰਸਾਵਾ ਵੀ ਬੰਸਰੀ ਬਾਦਕ ਹਰੀ ਪ੍ਰਸਾਦ ਚਰਸੀਆ ਸਾਡੇ ਦੇਸ਼ ਦਾ ਬਹੁਤ ਬਿਸਮਿਲਲਾ ਖਾਂ ਜੀ ਜੀ ਸ਼ੈਨਾਈ ਬਾਦਕ ਸੀ। ਉਹ ਕਹਿਣ ਦਾ ਮੇਰਾ ਮਤਲਬ ਹੈ ਪਾਇਨਾ ਲਿਖਣਾ ਜ਼ਿੰਦਗੀ ਚ ਗ੍ਰਹਿਣ ਕਰਨਾ ਸਮੇਂ ਨੂੰ ਬਦਮੁਲਾ ਸਮੇਂ ਸਮੇਂ ਨੂੰ ਤਾਂ ਨਾ ਸਮਾਂ ਕੀ ਕਰਦਾ ਸਮਾਂ తో થਾ ਨਹੀਂ ਹੁੰਦਾ ਸਮਾਂ ਤਾਂ ਇੱਕ ਸਾਸਵਤ ਮੁੱਲ ਹੈ ਹੁਣ ਮੈਂ ਸਮੇਂ ਤੋਂ ਬੋਲ ਰਹਾ ਹਾਂਵੇਂ ਸਾਸਵਤ ਮੁੱਲ ਕੀ ਹੁੰਦਾ ਹੈ ਕਲਾਤਮਕ ਮੁੱਲ ਕੀ ਹੁੰਦਾ ਹੈ ਭਾਵਨਾਤਮਕ ਮੁੱਲ ਕੀ ਹੁੰਦਾ ਹੈ ਔਰ ਸੰਸਾਰਕ ਮੁਲ ਕੀ ਦਾ ਸੰਸਾਰਕ ਮੁਲ ਤਾਂ ਇੱਥੋਂ ਕਚੌਰੀਆਂ ਮਿਲ ਜਾਂਦੀਆਂ 10 ਰੁਪਏ ਦੀਆਂ ਖਾਈ ਚਲੋ ਆਪਾਂ ਆ ਕੀ ਸੁਆਕੇ ਲਗਾਉਂਦੇ ਨੇ ਜੀ ਗੱਸਾ ਸਾਹਿਬ ਦੇਖਣਾ ਵੀ ਇਹ ਗੱਲ ਹੈ ਕਿ ਕਚੌਰੀਆਂ ਤੋਂ ਮਨੇ ਚੇਤਾ ਆਇਆ ਵੀ ਸਮੇਂ ਦੀ ਆਪਾਂ ਪਛਾਣ ਦੀ ਗੱਲ ਕਰ ਰਹੇ ਹਾਂ ਸਮੇਂ ਦੀ ਪ੍ਰਯੋਗ ਦੀ ਗੱਲ ਕਰ ਰਹੇ ਹਾਂ ਤੇ ਛੁੱਟੀ ਵਾਲੇ ਦਿਨ ਜਾਂ ਤੇ ਅਸੀਂ ਲੇਟ ਉੱਠਦੇ ਹਾਂ ਤੇ ਜਾਂ ਅਸੀਂ ਕਹਿੰਨੇ ਆ ਟੀਵੀ ਵੇਖ ਲੈਨੇ ਆ ਤੇ ਜਾਂ ਅਸੀਂ ਕਹਿੰਨੇ ਆ ਚਲੋ ਘੁੰਮਦੇ ਫਿਰਦੇ ਹਾਂ ਛੁੱਟੀ ਵਾਲੇ ਦਿਨ ਨੂੰ ਅਸੀਂ ਕਿਉਂ ਇਸ ਤਰ੍ਹਾਂ ਵੇਸਟ ਕਰ ਰਹੇ ਹਾਂ ਉਦੋਂ ਕਿਉਂ ਨਹੀਂ ਸਮੇਂ ਨੂੰ ਸਮਝੋ ਭਾਈ ਸ਼ੁਕਰਗੁਜ਼ਾਰ ਹੁਲਤੂ ਤਾਂ ਉਹ ਗੱਲਾਂ ਕਰਦਾ ਹੈ ਹਾਂ ਕਿ ਮੈਂ ਹੁਣ ਮੈਂ ਜੇ ਮੈਂ ਆਪਣੇ ਨਾਲ ਦੱਸਾਂ ਵੀ ਮੈਂ ਕਿਹਾ ਸੀ ਵੀ ਸਮਤਾ ਸੰਕਲਪ ਹੁੰਦਾ ਹੈ ਸਮਤਾ ਇੱਕ ਸਿਧਾਂਤ ਹੁੰਦਾ ਹੈ ਸਮਤਾ ਇੱਕ ਸੂਤਰ ਹੁੰਦਾ ਹੈ ਮੈਂ ਹੁਣ ਆਪਣੀ ਗੱਲ ਨਿਜਵਾਦੀ ਗੱਲ ਨੂੰ ਬਣੀ ਕੀ ਕਰੂੰਗਾ ਮੈਂ ਤਾਂ 10000 ਦੇ ਦਰਖਤ ਲਾਏ ਨੇ ਇਤਕੇ ਪਾਸ ਦਾ ਕੱਲ ਵੀ ਇੱਕ ਚੰਪਾ ਦੇ ਦਰਖਤ ਨੂੰ ਗੋਡੀ ਕਰਦਾ ਆ ਪਹਿਲਾਂ ਚੰਪਾ ਦਾ ਪਹਿਲਾਂ ਚਮੇਲੀ ਦਾ ਨਹੀਂ ਪਤਾ ਹੋਣਾ ਨਕਾ ਜੇ ਕਿਸੇ ਨੂੰ ਵਿਦਿਆਰਥੀ ਨੂੰ ਕਹਿੰਦੇ 20 ਦਰਖਤਾਂ ਦੇ ਨਾਂ ਲਿਖ ਦਿਓ 20 ਦਰਖਤਾਂ ਦੇ ਨਾਂ ਨਹੀਂ ਲਿਖ ਸਕਦੇ 30 ਫੁੱਲਾਂ ਦੇ ਨਾਂ ਨਹੀਂ ਲਿਖ ਸਕਦੇ 10 ਸਾਗਰਾਂ ਦੇ ਨਾਂ ਨਹੀਂ ਲਿਖ ਸਕਦੇ 20 ਮੁਲਕਾਂ ਦੇ ਨਾਂ ਨਹੀਂ ਲਿਖ ਸਕਦੇ 50 ਲੇਖਕਾਂ ਦੇ ਨਾਂ ਨਹੀਂ ਲਿਖ ਸਕਦੇ 10 ਕਿਤਾਬਾਂ ਚੰਗੀਆਂ ਦੇ ਨਾਂ ਨਹੀਂ ਲਿਖ ਸਕਦੇ ਕਹਿਣ ਦਾ ਅਰਥ ਮੇਰਾ ਬਣਦਾ ਇਹ ਹੈ ਵੀ ਇਹ ਆਲਾਮੇ ਜਿਹੜੇ ਨਾ ਇਸ ਜ਼ਿੰਦਗੀ ਨੂੰ ਲੈ ਡਿੱਗਣਗੇ ਜ਼ਿੰਦਗੀ ਆਲਾਮਾ ਨਹੀਂ ਸਮਾਂ ਆਲਾਮਾ ਨਹੀਂ ਹੈ ਇਹ ਤਾਂ ਜ਼ਿੰਦਗੀ ਦਾ ਨਾ ਇਹ ਬਹੁਤ ਪਿਆਰਾ ਜਿਹਾ ਜਿਹੜਾ ਹੈ ਨਾ ਮੈਂ ਕੀ ਕਹਾਂ ਇਹ ਤਾਂ ਜ਼ਿੰਦਗੀ ਦੀ ਇੱਕ ਪੁਕਾਰ ਹੈ ਜ਼ਿੰਦਗੀ ਦੀ ਕਬਾਜ਼ ਹੈ ਸਮਾਤਾ ਬਾਜ਼ ਹੁੰਦਾ ਹੈ ਔਰ ਸਾਨੂੰ ਦਿੰਦਾ ਬਾਜ਼ ਆਖਦਾ ਸਮਾਂ ਸਾਨੂੰ ਹਰ ਸਮੇਂ ਸਮਾਂ ਆਖਦਾ ਰਹਿੰਦਾ ਹੈ ਵੀ ਤੂੰ ਆ ਨਾ ਤੁਰ ਕਦੇ ਕਦੇ ਸਮਾਂ ਸੋਡੀ ਇੱਕ ਤੇ ਆ ਕੇ ਬੈਠਦਾ ਤੂੰ ਕੁਤਾਜਵਲ ਜਾ ਰਹੇ ਹੈਂ ਆ ਗੁਨਾਹ ਕਰ ਰਹੇ ਹੈਂ ਆ ਤੇਰਾ ਵਿਵਹਾਰ ਤੂੰ ਤਾਂ ਮਾਰੇ ਵਿਵਹਾਰ ਦਾ ਹੈ ਮਾਰੇ ਵਿਵਹਾਰ ਨੂੰ ਸ਼ੁਕਰਗੁਜ਼ਾਰ ਕੀ ਕਰਨਾ ਹੈ ਪੁੱਤਰਾ ਜੰਗੀਆਂ ਗੱਲਾਂ ਕਰੋ ਬਿਲਕੁਲ ਜੀ ਗੁਰਬਾਣੀ ਕਹਿੰਦੀ ਹੈ ਕਿ ਮਨ ਰੇ ਕੌਣ ਕੋ ਮਤ ਤੈ ਲੈਨੀ ਪਰ ਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕੀਨੀ ਸਾਨੂੰ ਸਮੇਂ ਨੂੰ ਸਾਂਭਣਾ ਚਾਹੀਦਾ ਹੈ ਪਰ ਅੱਜ ਅਸੀਂ ਪੱਛਮੀ ਸੱਭਿਆਚਾਰ ਨੂੰ ਅਪਣਾ ਤੇ ਲਿਆ ਹੈ ਪਰ ਕੀ ਜਿਸ ਤਰ੍ਹਾਂ ਵਿਦੇਸ਼ੀ ਲੋਕ ਸਮੇਂ ਦੀ ਵੈਲਿਊ ਨੂੰ ਸਮਝ ਰਹੇ ਹਨ ਅਸੀਂ ਭਾਰਤੀ ਲੋਕ ਜਾਂ ਅਸੀਂ ਪੰਜਾਬੀ ਉਸ ਤਰ੍ਹਾਂ ਉਸ ਸਮੇਂ ਦੀ ਵੈਲਿਊ ਨੂੰ ਸਮਝਦੇ ਰਹੇ ਹਾਂ ਦੇਖੋ ਤੁਸੀਂ ਗੁਰਬਾਣੀ ਦਾ ਉਦਾਹਰਣ ਦਿੱਤਾ ਹੈ ਸਮੁੱਚੀ ਗੁਰਬਾਣੀ ਜਿਹੜੀ ਹੈ ਔਰ ਮੈਂ ਅ ਅਜਕਲ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮੇ ਦੀ ਦਾਰਸ਼ਨਿਕਤਾ ਤੇ ਕਿਤਾਬ ਲਿਖ ਰਿਹਾ ਹਾਂ ਵਾਹ ਵਾਹ ਗੁਰੂ ਪਰੰਪਰਾ ਤੇ ਪੰਜਾਬ ਤੇ ਮੇਰੇ 55 ਪੰਨੇ ਦਾ ਲੇ ਮੈਂ ਇੱਕ ਵਿਅਕਤੀ ਦੀ ਗੱਲ ਕਰਨਾ ਨਹੀਂ ਚਾਹੁੰਦਾ ਸੀ ਤੁਹਾਡੇ ਨਾਲ ਪਰ ਗੁਰਬਾਣੀ ਨੂੰ ਜਿਵੇਂ ਇੱਕ ਪ੍ਰੋਹਤਵਾਦ ਹੁੰਦਾ ਹੈ ਗੁਰਬਾਣੀ ਨੂੰ ਵੀ ਪ੍ਰੋਹਤਵਾਦ ਦੇ ਕਿੱਥੇ ਲੈ ਜਾ ਕੇ ਆ ਮੈਂ ਕਿਉਂ ਕਹਾ ਇੱਕ ਕੰਟਰੋਵਰਸ਼ੀਅਲ ਗੱਲ ਇਸ ਮੇਜ ਤੋਂ ਨਹੀਂ ਕਹੀ ਜਾਣੀ ਚਾਹੀਦੀ ਨਹੀਂ ਮੈਂ ਕਹਿੰਦਾ ਗੁਰਬਾਣੀ ਦਾ ਬ੍ਰਹਮ ਜਿਹੜਾ ਹੈ ਉਹ ਤਾਂ ਸਰਬੱਤ ਦਾ ਹੁਣ ਗੁਰਬਾਣੀ ਤੇ ਤੂੰ ਗੁਰਬਾਣੀ ਦਾ ਤੂੰ ਕਹਤਾ ਗੁਰਬਾਣੀ ਤਾਂ ਅਦ્વੈਤ ਹੈ ਹੁਣ ਇਹ ਗੱਲਾਂ ਦ્વੈਤਵਾਦੀ ਗੱਲਾਂ ਤੇ ਦ્વੈਤ ਨਾਲ ਮੈਂ ਹੁਣ ਤੁਲਨਾਤਮਕ ਦੇਣ ਕਰਕੇ ਕਿਵੇਂ ਦੱਸਾਂ ਵੀ ਗੁਰਬਾਣੀ ਤਾਂ ਅਦ્વੈਤ ਹੈ ਗੁਰਬਾਣੀ ਤਾਂ ਸਰਬਤ ਹੈ ਗੁਰਬਾਣੀ ਤਾਂ ਬ੍ਰਹਮ ਹੈ ਗੁਰਬਾਣੀ ਤਾਂ ਅੰਮ੍ਰਿਤਮਈ ਤਾਰਾ ਹੈ ਗੁਰਬਾਣੀ ਤਾਂ ਉਹ ਸੰਗੀਤ ਹੈ ਜਿਹੜਾ ਮਨੁਖ ਨੂੰ ਬਿਸਮਾਤ ਵਖਦਾ ਹੈ ਸਮਾ ਵੀ ਮਨੁਖ ਨੂੰ ਬਿਸਮਾਤ ਵਖਦਾ ਹੈ ਪਰ ਸਵਾਲ ਤਾਂ ਇਹ ਵੀ ਉਹ ਪਰੋਥ ਹੁਣ ਮੈਂ ਪਰੋਤਾ ਬਣ ਕੇ ਜਾਵਾਂ ਫਿਰ ਕਾਹਦੇ ਵਾਸਤੇ ਦੇਖਣ ਵਾਲੀ ਗੱਲ ਕੀ ਅਸੀਂ ਪੱਛਮੀ ਸਭਤਾ ਨੂੰ ਤੇ ਅਪਣਾ ਲਿਆ ਪਰ ਕੀ ਅਸੀਂ ਵੈਲਿਊ ਟਾਈਮ ਦੀ ਸਮਝ ਸਕੇ ਜਿਸ ਤਰ੍ਹਾਂ ਵਿਦੇਸ਼ੀ ਲੋਕ ਸ਼ੁਕਰ ਯਾਰ ਤੂੰ ਦਾ ਪੁੱਤਰਾ ਇਹ ਜੇ ਪ੍ਰਸ਼ਨ ਕਰਦਾ ਪੱਛਮ ਤੇ ਪੂਰਬ ਦੀਆਂ ਗੱਲਾਂ ਜਿਹੜੀਆਂ ਨੇ ਪੂਰਬ ਜਿਹੜਾ ਹੈ ਇਸ ਦੀ ਸਮੁੱਚੀ ਸਨਾਤਨ ਧਾਰਾ ਹੁਣ ਸਨਾਤਨ ਧਾਰਾ ਤੇ ਮੈਂ ਠੀਕ ਹੰਟੇ ਬਦਤ सनातन धारा ਕੀ ਹੈ ਉਹ ਪ੍ਰਾਕਿਰਤਿਕ ਦੇਣ ਹੈ ਸਨਾਤਨ ਧਾਰਾ ਨੂੰ ਉਪਨਿਸ਼ਦਾਂ ਨੇ ਉਪਨਿਸ਼ਦਾਂ ਪਹਿਲਾਂ ਤਾਂ ਇਹ ਨਹੀਂ ਪਤਾ ਹੁੰਦਾ ਵੀ ਉਪਨਿਸ਼ਦ ਹੁੰਦੀ ਕੀ ਹੈ ਪੁਰਾਣ ਕੀ ਹੁੰਦਾ ਹੈ ਵੇਦ ਕੀ ਹੁੰਦਾ ਹੈ ਛਤਪਤ ਬ੍ਰਾਹਮਣ ਕੀ ਹੁੰਦਾ ਹੈ ਉਹ ਸੂਤਰਾ ਇਹਦਾ ਹੁਣ ਮੈਂ ਕੀ ਦੱਸਾਂ ਜਿਹੜਾ ਜਿਹੜਾ ਸਾਡਾ ਹਿੰਦੂਸਤਾਨ ਹੈ ਨਾ ਪੂਰਵ ਜਿਹੜਾ ਹੈ ਨਾ ਇਹ ਹਮੇਸ਼ਾ ਇਹ ਨੇ ਆਦੇਸ਼ ਨਹੀਂ ਦਿੱਤਾ ਇਹ ਨੇ ਤਾਂ ਉਪਦੇਸ਼ ਦਿੱਤਾ ਮੁਗਲ ਆਏ ਹੁਣ ਅਫਗਾਨਿਸਤਾਨ ਚ ਤਾਲਿਬਾਨ ਜਿਹੜਾ ਤਾਲਬ ਤੋਂ ਬਣਿਆ ਹੈ ਔਰ ਉਹ ਮੁਹੰਮਦ ਨੂੰ ਕਹਿੰਦੇ ਨੇ ਜਿਹਨੇ ਸੋਮਨਾਥ ਦਾ ਮੰਦਿਰ ਤੋੜਿਆ ਸੀ ਉਹ ਮੂਰਤੀ ਮੂਰਤੀ ਤਾਂ ਇੱਕ ਸੁੰਦਰ ਵਸਤੂ ਹੁੰਦੀ ਹੈ ਤੁਸੀਂ ਕਦੇ ਮੁੱਥਰ ਦੀ ਮੂਰਤੀ ਨੂੰ ਵੇਖਿਆ ਤਾਂ ਸਹੀ ਭਾਵਨਾ ਨਾਲ ਵੇਖਿਓ ਇੰਜ ਲੱਗਦਾ ਜਿਵੇਂ ਜਿਵੇਂ ਸਾਡਾ ਸਮੇਂ ਨੂੰ ਸੁਹਾਗ ਮਿਲ ਗਿਆ ਹੁੰਦਾ ਉਹ ਪਲ ਜਿਹੜੇ ਨੇ ਸੁਹਾਗ ਬਤੀ ਬਣ ਜਾਂਦੇ ਨੇ ਮੂਰਤੀ ਨੂੰ ਤੋੜਨਾ ਮੁਹੰਮਦ ਸਾਹਿਬ ਐਡੇ ਮਹਾਨ ਪੁਰਸ਼ ਐਨੀ ਵਿਨਮਰਤਾ ਵਾਲੇ ਮੈਂ ਤਾਂ ਮੁਹੰਮਦ ਸਾਹਿਬ ਦੇ ਬਾਰੇ ਪੜਿਆ ਕੁਰਾਨ ਪੜਿਆ ਮੇਰਾ ਕਹਿਣ ਦਾ ਅਰਥ ਹੈ ਵੀ ਇਹ ਗੁਰਬਾਣੀ ਇਸ ਸੁਮਤੀ ਧਾਰਾਾਂਵਾਂ ਇਹ ਜ਼ਿੰਦਗੀ ਦੀ ਸ਼ੈਲੀ ਜ਼ਿੰਦਗੀ ਦੀਆਂ ਧਾਰਨਾਵਾਂ ਜਿਉਂ-ਜਿਉਂ ਕਿਵੇਂ ਕਿਉਂ ਕਰ ਰਹੀਆਂ ਨੇ ਮੈਨੂੰ ਤਾਂ ਪਤਾ ਹੈ ਵੀ ਇਹਨੂੰ ਮਚੋੜ ਕੌਣ ਰਿਹਾ ਹੈ ਫਰਜ਼ ਕਰ ਉਹ ਕਾਗਜ਼ ਐ ਇਹਨੂੰ ਮਚੋੜ ਦਿਓ ਮੇਰੀ ਗਰਦਨ ਨੂੰ ਮਚੋੜ ਦਿਓ ਕਿਸੇ ਕਲਮ ਨੂੰ ਮਚੋੜ ਦਿਓ ਉਹ ਪੱਥਰ ਘਾੜਾ ਜਿਹੜਾ ਪੱਥਰ ਤੇ ਸੋਹਣਾ ਜਿਹਾ ਤਸਵੀਰ ਬਣਾਉਂਦਾ ਮੈਂ ਤਾਂ ਸਮਾ ਮੈਂ ਇੱਥੇ ਲਿਖਿਆ ਸੀ ਵੀ ਸਮਾ ਤਾਂ ਜਿਹੜਾ ਹੈ ਨਾ ਉਹ ਸਾਰਥੀ ਹੈ ਸ਼੍ਰੀ ਕ੍ਰਿਸ਼ਨ ਜੀ ਅਰਜੁਨ ਦੇ ਸਾਰਥੀ ਸਨ ਉਹ ਸਮਾ ਸਮਾਜ ਦਾ ਸਾਰਥੀ ਹੈ ਸਮਾ ਸਮਾਜ ਨੂੰ ਤੋੜਦਾ ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਜੀ ਬਿਲਕੁਲ ਜੀ ਇਹ ਪਰਮਾਤਮਾ ਦੇ અવਤਾਰ ਹੁੰਦੇ ਨੇ ਜੇ અવਤਾਰ ਆਉਂਦੇ ਨੇ ਤੇ ਸਮੇਂ ਦੇ ਵਿੱਚ ਬਦਲਾਵ ਆਉਂਦਾ ਹੈ ਫਿਰ ਹੁਣ ਮੈਂ ਅੱਜ ਦੇ ਦੌਰ ਦੀ ਗੱਲ ਕਰਦਾ ਹਾਂ ਅੱਜ ਦੇ ਦੌਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਮਾਂ ਬਹੁਤ ਖਤਰਨਾਕ ਹੈ ਨੌਜਵਾਨ ਪੀੜੀ ਵੀ ਸਮੇਂ ਨੂੰ ਸਾਹਮਣੇ ਨਹੀਂ ਰਹੀ ਮਾਪੇ ਆਪਣਾ ਰੋਲ ਨਹੀਂ ਅਦਾ ਕਰ ਰਹੇ ਅਧਿਆਪਕ ਸ਼ਾਇਦ ਤਨਖਾਹਾਂ ਤੱਕ ਸੀਮਤ ਰਹਿ ਗਏ ਨੇ ਪਰ ਕੀ ਜੇ ਅਸੀਂ ਵਰਤਮਾਨ ਨੂੰ ਨਹੀਂ ਸਾਹਮਣੇ ਵਰਤਮਾਨ ਸਮੇਂ ਨੂੰ ਨਹੀਂ ਸਾਹਮਣੇ ਤਾਂ ਸਾਡਾ ਭਵਿੱਖ ਕਿੰਨਾ ਕੁ ਖਤਰਨਾਕ ਸਾਬਤ ਹੋ ਸਕਦਾ ਹੈ ਦੇਖੋ ਚੇਤਨਾ ਜਿਹੜੀ ਹੈ ਨਾ ਚੇਤਨਸ਼ੀਲ ਸਮਾਜ ਕੀ ਹੁੰਦਾ ਮੈਂ ਸਹਿਜਮਤੇ ਗੱਲਾਂ ਕਰਦਾ ਹੁਣ ਪੰਜ ਸੱਤ ਗੱਲਾਂ ਸਮਾਜ ਨੂੰ ਚੇਤਨ ਕੌਣ ਬਣਾਉਂਦਾ ਸਹਾਇਤ ਬਣਾਉਂਦੀ ਹੈ ਕਲਾ ਬਣਾਉਂਦੀ ਹੈ ਸੰਗੀਤ ਬਣਾਉਂਦਾ ਫਿਲਮਾਂ ਬਣਾਉਂਦੀਆਂ ਨੇ ਤੇ ਇਹਦਾ ਮਤਲਬ ਹੈ ਜਦੋਂ ਸਮਾਜ ਚੇਤਨ ਨਹੀਂ ਹੁੰਦਾ ਅਵਚੇਤਨ ਹੁੰਦਾ ਤੇ ਫਿਰ ਉਹ ਸਾਰੀਆਂ ਗਲਤੀਆਂ ਵੱਲ ਤੁਰ ਪੈਂਦਾ ਹੈ ਜੀ ਬਿਲਕੁਲ ਕੀ ਕਿਤਨਾ ਜਿਹੜੀ ਆ ਉਹ ਬਦਮੁੱਲੀ ਹੈ ਹਮ ਸਮੇ ਨੂੰ ਅਸੀਂ ਚੇਤਨ ਹੋ ਕੇ ਜਦੋਂ ਵਰਤਦੇ ਆ ਤਾਂ ਸਮਾਂ ਫਿਰ ਬਹੁਤ ਖੂਬਸੂਰਤ ਹੋ ਜਾਂਦਾ ਲਾਭਦਾਇਕ ਹੋ ਜਾਂਦਾ ਬਿਲਕੁਲ ਜੀ ਤੇ ਸਮੇ ਹਾਂ ਜੀ ਬਿਲਕੁਲ ਤਾਂ ਕਾਇਨ ਦਾਰਥ ਹੈ ਉਹ ਇਸ਼ਾਰਾ ਮਿਲ ਗਿਆ ਮੈਂ ਆਪਣੀ ਗੱਲ ਕਥ ਨੂੰ ਸਮਾਪਤ ਕਰਨ ਜਾ ਰਿਹਾ ਵੀ ਚੇਤਨਾ ਜਿਹੜੀ ਹੈ ਉਹ ਗੁਰੂ ਤਾਂ ਮਿਲਦੀ ਹੈ ਵਿਦਿਆ ਤਾਂ ਮਿਲਦੀ ਹੈ ਅਧਿਆਪਕ ਤਾਂ ਮਿਲਦੀ ਹੈ ਔਰ ਉਹ ਆ ਜਿਹੜਾ মিডিਆ ਬੋਲ ਕੇ ਗਏ ਨੇ ਵਿਦਵਾਨ ਇਹ ਤਾਂ ਮਿਲਦੀ ਹੈ ਸਵੇਰੇ ਖਬਰਾਂ ਜੜੀਆਂ ਨੇ ਉਹ ਖਬਰਾਂ ਜੜੀਆਂ ਬਹੁਤ ਪਿਆਨਕ ਹੁੰਦੀਆਂ ਨੇ ਉਹ ਸਾਰੇ ਦਿਨ ਦੇ ਸਮੇਂ ਨੂੰ ਨਸ਼ਟ ਕਰ ਦਿੰਦੀਆਂ ਨੇ ਸ਼ੁਕਰਗੁਜ਼ਾਰ ਬਹੁਤ ਸਾਰਾ ਕੁਝ ਹੈ ਮਨ ਵਿੱਚ ਬਹੁਤ ਸਾਰੀਆਂ ਲੈਣਾਂ ਨੇ ਤੇ ਕਦੇ-ਕਦੇ ਨਾ ਅਰਬ ਸਾਗਰ ਯਾਦ ਆ ਜਾਂਦਾ ਸਮਾਂ ਤਾਂ ਅਰਬ ਸਾਗਰ ਹੁੰਦਾ ਬਿਲਕੁਲ ਜੀ ਸਮਾਂ ਤੇ ਅਰਬ ਸਾਗਰ ਹੈ ਆਪਣੇ ਵਿੱਚ ਸਮੇਂ ਨੇ ਸਾਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ ਤੇ ਸਾਡਾ ਵੀ ਫਰਜ਼ ਬੰਦਾ ਹੈ ਕਿ ਅਸੀਂ ਸਮੇਂ ਮੁਤਾਬਕ ਚੱਲੀਏ ਕਿਉਂਕਿ ਅੱਜ ਦੇ ਸਮੇਂ ਨੂੰ ਸੰਭਾਂਗੇ ਤਾਂ ਅਸੀਂ ਅੱਜ ਦੀ ਪੀੜ੍ਹੀ ਦੇ ਨਾਲ-ਨਾਲ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਭਾਂਗੇ ਦੋਸਤੋ ਰਲ ਕੇ ਮੁਹੱਬਤਾਂ ਵੰਡਿਏ ਸਾਂਝਾ ਪਾਈਏ ਰਿਸ਼ਤੇਦਾਰੀਆਂ ਨੂੰ ਵਧਾਈਏ ਤਾਂ ਜੋ ਸਮਾ ਹੈ ਹਮੇਸ਼ਾ ਖੂਬਸੂਰਤ ਹਮੇਸ਼ਾ ਮਿੱਠਾ ਬਣਿਆ ਰਹੇ ਗਾਸੋ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆ ਮੈਂ ਸਮੇਂ ਨੂੰ ਆ ਪਰਨਾਮ ਕਰਦਾ ਸਿਰ ਚੁਕਾ ਕੇ ਪਰਨਾਮ ਕਰਦਾ ਬਹੁਤ ਬਹੁਤ ਪਰਨਾਮ ਕਰਦਾ